ਸਤਿਗੁਰਾਂ ਦੀ ਸਾਡੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ। ਪ੍ਰੇਰਨਾ ਕੀਤੀ ਜਾ ਰਹੀ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਤਥਾ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਉਹ ਗੁਣ ਜਿਹੜੇ ਪਰਮੇਸ਼ੁਰ ਨੂੰ ਵੀ ਚੰਗੇ ਲੱਗਦੇ, ਪਰ ਉਹਨਾਂ ਗੁਣਾਂ ਦੀ ਸੋਝੀ ਗੁਰੂ ਦੀ ਸੰਗਤ ਵਿੱਚ ਆਇਆ ਆਉਣ ਵਾਲੇ ਜਗਿਆਸੂਆਂ ਨੂੰ ਸਹਿਜ ਸੁਭਾਏ ਪ੍ਰਾਪਤ ਹੁੰਦੀ। ਇਹ ਠੀਕ ਹੈ, ਕੁਝ ਸਮੇਂ ਤੋਂ ਐਸਾ ਟ੍ਰੈਂਡ ਵੀ ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਸੋਹਣੇ ਸੁੰਦਰ ਮਕਾਨ ਬਖਸ਼ੇ, ਉਹਨਾਂ ਨੇ ਘਰ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ। ਮਾੜੀ ਗੱਲ ਨਹੀਂ, ਬਹੁਤ ਅੱਛਾ ਕੀਤਾ, ਪਰ ਉਹਨਾਂ ਵਿੱਚ ਇੱਕ ਅਵੇਸਲਾਪਨ ਵੀ ਆਇਆ ਕਿ ਸਾਡਾ ਘਰ ਹੀ ਗੁਰਦੁਆਰਾ, ਖਿਮਾ ਕਰਨਾ, ਗੁਰੂ ਕੋਲ ਬੈਠਣਾ, ਗੁਰੂ ਦੀ ਸੰਗਤ ਕਰਨੀ, ਇਹ ਹਰ ਗੁਰਸਿੱਖ ਲਈ ਜ਼ਰੂਰੀ। ਪਰ ਜਦੋਂ ਅਸੀਂ ਸੰਗਤ ਵਿੱਚ ਆ ਕੇ ਜੁੜਦੇ ਹਾਂ, ਇਉਂ ਸਮਝੋ ਜਿਵੇਂ ਕੋਈ ਵਿਦਿਆਰਥੀ ਸਕੂਲ ਵਿੱਚ ਕਲਾਸ ਰੂਮ ਵਿੱਚ ਬੈਠਦਾ, ਬਾਹਰ ਘਰ ਮਨ ਦੀ ਅਵਸਥਾ ਹੋਰ ਹੁੰਦੀ। ਸੰਗਤ ਵਿੱਚ ਆ ਕੇ ਜੁੜਨ ਨਾਲ ਮਨ ਦੀ ਅਵਸਥਾ ਬਦਲ ਜਾਂਦੀ, ਕਿਉਂਕਿ ਇੱਥੇ ਕਈ ਗੁਰੂ ਪਿਆਰ ਵਾਲੀਆਂ ਰੂਹਾਂ ਜੁੜੀਆਂ ਹੁੰਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਵੇਵਸ ਹਨ ਉਹ ਸਾਡੇ ਉੱਤੇ ਪ੍ਰਭਾਵ ਪਾਉਂਦੀਆਂ। ਨਾਲੇ ਸਾਡਾ ਧਰਮ ਸੰਗਤੀ ਧਰਮ ਵੀ, ਭੱਟ ਕੀਰਤ ਜੀ ਨੇ ਬੜਾ ਖੂਬਸੂਰਤ ਕਿਹਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਜੇ ਸੰਗਤ ਦੇ ਗੁਣ ਦੱਸਣ ਲੱਗਾ ਤਾਂ ਬਹੁਤ ਸਮਾਂ ਚਾਹੀ। ਗੁਰੂ ਤੇਗ ਬਹਾਦਰ ਜੀ ਨੇ ਇੱਕੋ ਹੀ ਗੱਲ ਕਹਿ ਕੇ ਮੁਕਾ ਦਿੱਤਾ, ਸੰਗਤ ਕਾ ਗੁਣ ਬਹੁਤ ਅਧਿਕਾਰੀ। ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਜੈਸੀ ਸੰਗਤ ਵੈਸੀ ਰੰਗਤ, ਸੋਸਾਇਟੀ ਮੋਲਡ ਏ ਮੈਨ, ਮਨੁੱਖ ਦੇ ਜੀਵਨ ਨੂੰ ਸੰਗਤ ਪ੍ਰਭਾਵਿਤ ਕਰਦੀ। ਤੋ ਇਸੇ ਲਈ ਗੁਰੂ ਪਾਤਸ਼ਾਹ ਨੇ ਜਾਂ ਸਤਿਗੁਰ ਤਾਂ ਸਤਸੰਗਤ ਬਣਾਈ। ਬੰਦਿਆਂ ਦੀ ਭੀੜ ਕਿੰਨੀ ਸੜਕ ਉੱਤੇ ਤੁਰੀ ਜਾਏ ਉਹਨੂੰ ਅਸੀਂ ਭੀੜ ਕਹਿ ਸਕਦੇ, ਪਰ ਸਤਸੰਗਤ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਗਾਉਂਦੇ ਹਾਂ। ਇਸੇ ਲਈ ਪਾਤਸ਼ਾਹ ਸਾਨੂੰ ਵਾਰ ਵਾਰ ਫੁਰਮਾਉਂਦੇ ਨੇ, ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ। ਹੁਣ ਇਹਦੇ ਅਰਥ ਤੁਸੀਂ ਕਰ ਲਓ, ਮੈਂ ਕਰ ਲਵਾਂ, ਕਿਸੇ ਅਣਜਾਣ ਤੋਂ ਅਣਜਾਣ ਬੰਦੇ ਤੋਂ ਕਰਾ ਲਓ, ਇਹਦੇ ਅਰਥ ਕੀ ਹੋਣਗੇ? ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰੱਖਿਆ। ਕੁਝ ਜ਼ਿੰਮੇਵਾਰੀ ਗੁਰਪੂਰੇ ਦੀ ਹੈ, ਕੁਝ ਜ਼ਿੰਮੇਵਾਰੀ ਸਾਡੀ। ਜਿਹੜੇ ਤੁਹਾਡੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਮੁਬਾਰਕ ਹੈ,
ਪਰ ਉਹਦੇ 'ਚ ਹਰ ਗੱਲ ਸਮਝਾ ਦਿੱਤੀ ਪਤ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆ। ਇਹ ਠੀਕ ਹੈ ਕਿ ਅੱਜ ਅਸੀਂ ਸ਼ੰਕਾਵਾਦੀ ਬੜੇ ਬਣ ਗਏ, ਸਤਿਗੁਰੂ ਕਿਵੇਂ ਪ੍ਰਤਪਾਲਾ ਕਰਦਾ, ਬੱਚੇ ਦੀ ਮਾਂ 'ਤੇ ਮਾਂ ਕਰਦੀ ਪ੍ਰਤਪਾਲਾ ਨਹੀਂ। ਸਤਿਗੁਰੂ ਸਾਡੇ ਜੀਵਨ ਦੀ ਉਹ ਉਸਾਰੀ ਕਰਦੇ ਨੇ, ਸਾਡੇ ਵਿੱਚ ਉਹ ਦੈਵੀ ਗੁਣ ਪੈਦਾ ਕਰਦੇ। ਜਿਨ੍ਹਾਂ ਦੈਵੀ ਗੁਣਾਂ ਕਰਕੇ ਮਨੁੱਖ ਨੂੰ ਚੰਗਾ ਮਨੁੱਖ, ਗੁਰਮੁਖ ਅਤੇ ਹੋਰ ਚੰਗੀਆਂ ਪਦਵੀਆਂ ਨਾਲ ਨਿਵਾਜਿਆ ਜਾਂਦਾ। ਤਾਂ ਬਹੁਤਾ ਸਮਾਂ ਨਹੀਂ ਕਿ ਹੋਰ ਉਡੀਕ ਕੀਤੀ ਜਾਏ, ਜਿਤਨੇ ਤੁਸੀਂ ਆਏ ਜੀ ਆਇਆਂ ਨੂੰ ਆਓ, ਅਸੀਂ ਆਪਣੇ ਕਾਰਜ ਵਿੱਚ ਜੁੱਟ ਜਾਈਏ। ਪੰਜ ਵਾਰੀ ਮੂਲ ਮੰਤਰ, ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀਏ। ਅੱਗੇ ਅੱਗੇ ਦਾਸ ਉਚਾਰਨ ਕਰੇਗਾ, ਪਿੱਛੇ ਤੁਸੀਂ ਸਾਰਿਆਂ ਨੇ ਉਚਾਰਨ ਕਰਨ ਦਾ ਯਤਨ ਕਰਨਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਪੰਗਤੀਆਂ ਸਾਨੂੰ ਪ੍ਰੇਰਦੀਆਂ ਹਨ। ਜਿਸ ਤਰ੍ਹਾਂ ਬਾਹਰਲੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਆਪ ਸਭ ਜਾਣਦੇ ਹੋ ਕਿ ਬਾਹਰ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ, ਅੰਦਰ ਦੀ ਅਗਿਆਨਤਾ ਰੂਪੀ ਅੰਧੇਰੇ ਨੂੰ ਦੂਰ ਕਰਨ ਲਈ ਗੁਰਬਾਣੀ ਸਾਡੀ ਅਗਵਾਈ ਕਰਦੀ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ। ਤੋ ਇਹ ਇੱਕ ਉਪਰਾਲਾ ਹੈ, ਯਤਨ ਹੈ ਕਿ ਉਹ ਬਾਣੀ ਜਿਸ ਨੂੰ ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਬਾਣੀ ਦੀ ਵਿਚਾਰ ਕਰਨ ਨਾਲ ਸਾਨੂੰ ਉਹ ਸੋਝੀ ਉਹ ਗਿਆਨ ਪ੍ਰਾਪਤ ਹੁੰਦਾ। ਪ੍ਰਾਪਤ ਹੋਣ ਤੋਂ ਬਾਅਦ ਉਸ 'ਤੇ ਅਮਲ ਕਰਨਾ, ਉਹਨੂੰ ਆਪਣੇ ਜੀਵਨ ਵਿੱਚ ਢਾਲਣਾ, ਕਿਉਂਕਿ ਗੁਰੂ ਰਾਮਦਾਸ ਜੀ ਨੇ ਸਾਰੀਆਂ ਗੱਲਾਂ ਸਮਝਾਈ।
सेवक सिख पूजन सब आवे, सब गावे हर हर उत्तम बन। तुसी जिन्ने भी आए हो तुहाडे आउण ते सेवक की बिरती ते सिख की भावना ते कोई शंका नहीं। सेवक सिख पूजन सब आवे, सब गावे हर हर उत्तम बन। गाव्या सुनिया तिन का हर थाए पावे, जिन सतगुरु की आज्ञा सत सत कर। तो पौड़ी दर पौड़ी आपने इस पासे तुरन का यतन करना। तो सवेर की हाजरी विच दीवान विच श्री गुरु नानक देव जी महाराज के मुखारबिंद तो उचारण किए हुए चार सहस्कृति श्लोक अते गुरु अर्जन देव पातशाह दे मुखारबिंद तो उचारण किए हुए सहस्कृति श्लोकों की लड़ी विचों एक श्लोक की विचार हुई। समय के मुताबक कुछ गल्लां दसियां जा चुकियां ने जिन्हां नूं रिपीट नहीं किया जा सकता क्योंकि संथा है। असी एक टीचे नाल एक निशाने ते पहुंचना है। तो हुण गुरु अर्जुन देव पातशाह दे श्लोकों विचों दूजे श्लोक का पाठ सारियां ने करन दा यतन करन। त्रिघंत मात पिता स्नेहं, त्रिग स्नेहं प्रात बांधवा, त्रिग स्नेहं बनता बिलासुता, त्रिग स्नेहं गिरहार्थ का, साध संग स्नेह सत्यं, सुख्यं बसंत नानका, साध संग स्नेहं सत्यं, सुख्यं बसंत नानका। ये जिहड़ा त्रिग शब्द है इहदे अर्थ फिटकार योग माड़ा तथा त्यागण योग। असी छोटे हुंदिया जदों पढ़दे सी संतां कोल ते उस्ताद जी ने पढ़ाया कि जे किसी नूं लानत शब्द कहना होवे ते लख वारी लानत कहना होवे ते एक वारी त्रिग कह दे। मतलब कहण तो कि किसी भी कर्म नूं निंदनीय है निखेधवाचक कहना होवे ते नूं त्रिग कह दे। तो गुरु का काम है सानू दसना भी आ जिन्हां स्नेहां विच प्यार विच मोह विच असी खचत होए ये क्योंकि निभण वाला नहीं। मैं सवेरे भी दस्या सी गुरु अर्जुन देव पातशाह का कथन है कोई जाने कवन इहां जग मीत। किसे विरले भागशाली मनुख नूं समझ आउंदी है कि असल मित्र कौन है। जिन्हां नूं असी अपना मित्र मनी बैठे हाँ जे ज्ञान दी अख नाल ज्ञान दी रोशनी भी देखिए तो समझ आवेगी इन्हां विच्चों कोई भी निभण वाला नहीं सदी भी मित्र नहीं। इन्हां दी मित्रता अधूरी है। रोज़ तुसी पढ़दे हो जां मात पिता सुतमीत ना भाई मन ऊहा नाम तेरे संग संग। सारी अष्टपदी पढ़ लो। तो गुरदेव फरमांदे ने ये जड़ा स्नेह है प्यार है माता दा पिता दा ये सब तो मुढ़ला प्यार है पर पातशाह कहिंदे ने ये निभण वाला नहीं इसलिए ये त्यागणी योग है। त्रिग स्नेहं प्रात बांधवा, परात परा बांधवा संबंधी रिश्तेदार वो लंबी लिस्ट है। एक शब्द बंधप या बांधवा आउण दे नाल कितने रिश्ते गिने नहीं जा सकते। कई बार असी समझाने जदों किसी बच्ची बच्चे का आनंद कारज हुंदा है असीं ना भी देखो अज तुहाडे डबल रिश्तेदार हो गए
एक तुहाडे संबंध संयोग करके जितने रिश्तेदार बची दे ने वो बच्चे दे बन गए, जितने बच्चे दे ने वो बची दे, मतलब उन्हां दी कोई गिणती नहीं। सिर्फ एक समझाउण दा तरीका है कि वो सारे संबंधियां दा जिहड़ा स्नेह प्यार है वो भी नाल निभण वाला नहीं। त्रिग स्नेहं बनता बिलास सुता, बनता कहिंदे ने स्त्री नूं, सुता कहिंदे ने पुत्रां नूं, बच्चियां नूं, इन्हां दा प्यार भी सदी भी निभण वाला नहीं। स्त्री दे बिलास कलोल जो भी कुछ मनुख ग्रस्ती जीवन विच देखता वरतदा करदा ये भी सदा निभण वाले नहीं। त्रिग स्नेह गिरहार्थ का, ग्रस्त दे होर कितने ही स्नेह जिन्हां नाल मैं ते तुसी सारे जुड़े हुए हाँ, पर वह भी सदी भी नहीं। फिर असी कहांगे दसो महाराज केड़ा स्नेह असली है, तो गुरुदेव कहते हैं साध संग स्नेहं सत्यं। ये जिहड़ा गुरु की संगत का स्नेह है ये सत्यं सच्चा है, निभण वाला है, और साडा उत्थे भी सहायता करेगा जिथे कोई भी नहीं करे, क्योंकि साध संगत विच आके सानू परमेश्वर नाल जुड़न की प्रेरणा मिलती। ते गुरुदेव बाणी विच बार बार समझाते जिथे कोई साथी नहीं उत्थे उस वाहिगुरु की सहायता तेरे काम आवे। तो निचोड़ निकल गया सुख्यं बसंत नानका। नानक जी फरमाते ने जिहड़े गुरु की संगत विच आउंदे अते परमेश्वर का नाम सुनदे ते मनदे वो सदा सुखी रहिंदे, क्योंकि उन्हां नूं ये सोझी रहिंदी है, उन्हां नूं ये ज्ञान हो जांदा है। इहदा मतलब ये नहीं कि असी संसार नूं छड्ड देना है, परिवार नूं छड्ड देना है, नहीं, ऐसा कदे टपला नहीं खाणा। क्योंकि बाबा नानक जी समझाउंदे ने योग न भगवी कपड़ी, योग न मैले वेस, नानक घर बैठिया योग पाई। सतगुर के उपदेश, गुरु दे उपदेश की रोशनी विच जदों मैं जपजी साहब दे कदे खंडां दी विचार करदा ते गुरुदेव उत्थे सानू बड़े सरल शब्दां विच कहिंदे राती रुती छित्ती वार, पवन पाणी अग्नि पाताल, तिस विच धरती थाप रखी धर्मसाल। ये धरती धर्मसाल है, धर्म निभाउण दी कमाउण दी जगह है, ते असी अपने धर्म नूं ते निभाउणा है, पर त्यागी नहीं बनना, घर छड के जंगल नहीं जाना, हाँ अपने अपने फर्ज नूं निभाउणा है। मैं ते इत्थे तक कहना जिस तरह एक मशीन विच पुरजे हन, हर पुरजे का अपना स्थान है, तो जिहड़ा पुरजा अपनी जगह पर ठीक काम कर रहा है इंजन ठीक चल रहा है। इस तरह परिवार के अंदर माता का पिता का बच्चों का रोल है, जो ठीक करते हैं तो पातशाह ने करमी करमी होए विचार सच्चा आप सच्चा धर्म। तो हुण निचोड़ की निकले हैं, असी सुखी किवें रहे? तो पातशाह ने साध संग स्नेहं सत्यं सुख्यं बसंत नानक। नानक जी फरमाते ने वो सुखी रहिंदे ने जिहड़े गुरु की संगत विच आके गुरु की मत लैके उहदे अनुसार अपना जीवन बतीत करदे। मिथ्यंत देहं खीणंत बलनं बरघंत जरुआ हित्यंत माया अत्यंत आसा आतिथ्य भवन गणंत स्वासा भयान धर्मं पतंत मोहकूप दुर्लभ्य देहं तत् आश्रयं नानक गोविंद
गोबिंद गोबिंद गोपाल कृपा मिथ्यंत, जिदा अर्थ है मिथ्या झूठा नाशवंत। ये जिन्हियां चीजा जानते हैं सी पर गुरुदेव दृढ़ करवाते ने ये देह नाशवंत है। खीणंत बलन, खीण का मतलब होंगे कमजोर हो जा, कुछ समय बाद यही देही जिहड़ी बहुत मजबूत है बड़ी शक्तिशाली है हौली हौली इहदा बल घट जाता, यह कमजोर हो जाती, एक दिन खत्म हो जाता। बरधंत जरुआ, जरुआ कहने बुढ़ेपे ने, बरधंत ज्यों ज्यों वधदा है, बरधंत ज्यों ज्यों बुढ़ेपा वधदा है। हत्यंत माया, मनुख दा हित प्यार माया नाल वधेरे हो जाते, क्योंकि जिहड़ा बच्चा है उन्हों हाले कोई ऐसा मोह नहीं है, पर ज्यों ज्यों असी उम्र करके सियाने होंदे हैं ते माया नाल बहुत है प्यार वधिया। फिर ध्यान देना, मिथ्यंत देहं खीणंत बलनंग बरधंत जरुआ हित्यंत माया। अत्यंत आसा, एक है किसे सीमा विच आसा हो, पर ज्यों ज्यों मनुख वड्डा हुंदा है त्यों त्यों दियां आसावां अत्यंत हो जांदी, बहुत ज्यादा हो जांदी, बड़े प्लैनिंग बनाउण लग पैंदे, बड़ियां स्कीमां तैयार करदे। गुरु नानक पातशाह ने तो इत्थे तक फरमाया है, मेरे वाहिगुरु मेरी हालत ते तरस करो, एक स्वान दोए स्वानी नाल। देखो बाणी सुनदे पढ़दे जरूर हाँ, पर जब तक विचार नहीं करांगे समझ नहीं आवे। हे परमात्मा, मैं सवेरे उठता हाँ, एक कुत्ता ते दो कुत्तियां मेरे नाल लग जांदियां। स्वान दा मतलब है कुत्ता, स्वानी दा मतलब कुत्तियां। जिहड़ा लोभ है ये कुत्ता है, आसा ते तृष्णा दो कुतियां, हर एक नूं चंबड़दी। एक स्वान दोए स्वानी नाल, भलके भौंकै सदा बयाल। हुण इहनां नूं चुप कराउण वास्ते फिर बंदा कूड़ छोरा मुठ्ठा मुरदार, झूठ दा छोरा लै के लोकां दे पेट कट्टण लई जेब कट्टण लई तुर पैंदा, फिर सौं गुरू की सौं वाहगुरू की भी चुकदा ते इस तरह का कार्य करता, सिर्फ इन्हां नूं चुप कराउण वास्ते, पर ये चुप नहीं करता। तो कहण दा भाव, ज्यों ज्यों उम्र वधेरे हुंदी है, मैं तो किसी महापुरख तो सुनिया सी कि बंदा पहले हुंदा जोगी जुड़िया होया, बच्चे नूं असीं कहने ये रब रूप है, परमेश्वर का रूप है, क्योंकि हाली उहदे अंदर ये विकार पैदा नहीं हुए, पर थोड़ा जिहा वड्डा हुंदा फिर उहदे अंदर मेर तेर, फिर वह भोगी बन जाता। पहले की सी जोगी, फिर बनिया भोगी, फिर भोगन लग्या अपनी सीमा नहीं रखता, हद नहीं रखता, फिर रोगी बन जाता। फिर जदों दूजियां नूं ठीक ठाक छाला मारदियां वेखदा तो अपने आप नूं वेखदा हुण मेरे को तुरिया नहीं जाता, फिर सोगी बन जाता। पहले सी जोगी, फिर बनिया भोगी, फिर बनिया रोगी, फिर बन गया सोगी, हुण कहिंदा मैं जोगी बनना है, तो मुश्किल बन गई ना। तो महाराज कहिंदे ने, मिथ्यंत देहं खीणंत बलनंग बरधंत जरुआ हित्यंत माया। अत्यंत आसा, आसा जिहड़ियां ने वह बहुत वध जांदियां। अथित्य भवन, ये भी जानता है कि मैं इत्थे परौना हाँ, मुसाफर हाँ, थोड़े समय लई हाँ, ये भी जानता है। गणंत स्वासा भयान धर्मं, उधर जिहड़ा धर्म राजा है, भयानक डरावना
ਉਹ ਇਹਦੇ ਸਵਾਸ ਗਿਣ ਰਿਹਾ ਹੈਗਾ ਵੀ ਕਦੋਂ ਇਹਦੇ ਸਵਾਸ ਪੂਰੇ ਹੋਣ ਅਤੇ ਕਦੋਂ ਮੈਨੂੰ ਲੈ ਜਾਵਾਂ। ਬੜੇ ਸੁੰਦਰ ਸ਼ਬਦ ਭਗਤਾਂ ਨੇ, ਮਹਾਂਪੁਰਖਾਂ ਨੇ, ਗੁਰੂ ਸਾਹਿਬਾਨ ਨੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕਿੰਨਾ ਜਾਣੈ ਜੇ ਦਿਨ ਦਿਨ ਅਵਧ ਘਟਤ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਮ ਮੋਇਆ ਹੈ ਮੈਂ। ਇੰਨਾ ਕੁਝ ਸਮਝਾ ਕੇ ਫਿਰ ਪਾਤਸ਼ਾਹ ਕਹਿੰਦੇ ਪਤੰਤ ਮੋਹ ਕੂਪ, ਕੂਪ ਮੈਂ ਖੂਹ, ਮੋਹ ਦੇ ਖੂਹ ਵਿੱਚ ਪਤੰਤ ਦਾ ਮਤਲਬ ਡਿੱਗਿਆ ਹੋਇਆ, ਡਿੱਗ ਰਿਹਾ। ਦੁਰਲੱਭੇ ਦੇਹੰ, ਇਹ ਮਨੁੱਖਾ ਦੇਹੀ ਜਿਸ ਨੂੰ ਦੁਰਲੱਭ, ਜਿਹੜੀ ਬਹੁਤ ਔਖੀ ਲੱਭੇ ਉਹਨੂੰ ਦੁਰਲੱਭ ਕਿਹਾ ਜਾਂਦਾ। ਇਹ ਦੁਰਲੱਭ ਦੇਹੀ ਜਿਹੜੀ ਬੜੀ ਹੀ ਮੁਸ਼ਕਲ ਪ੍ਰਾਪਤ ਹੋਈ ਹੈ, ਇਹ ਡਿੱਗਿਆ ਪਿਆ ਖੂਹ ਦੇ ਅੰਦਰ। ਤਤ ਆਸਰਿੰਗ ਨਾਨਕ, ਨਾਨਕ ਜੀ ਫਰਮਾਉਂਦੇ ਨੇ ਇਹਦਾ ਅਸਲ ਆਸਰਾ ਜਿਹੜਾ ਉਹ ਕੌਣ ਹੈ? ਗੋਬਿੰਦ 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 ਗੋਪਾਲ ਕਿਰਪਾ। ਹੁਣ ਇਹ ਸਾਰੇ ਨਾਮ ਪਰਮੇਸ਼ਵਰ ਦੇ ਹਨ। ਗੋਬਿੰਦ ਸਾਰੀ ਧਰਤੀ ਦਾ ਰਕਸ਼ਕ, ਇੰਦਰੀਆਂ ਨੂੰ ਸੱਤਿਆ ਦੇਣ ਵਾਲਾ, ਗੋਪਾਲ ਦਾ ਵੀ ਇਹੀ ਅਰਥ ਹੈ ਧਰਤੀ ਨੂੰ ਪਾਲਣ ਵਾਲਾ। ਜੇ ਕਿਰਪਾ ਹੋ ਜਾਏ ਉਸ ਗੋਪਾਲ ਦੀ, ਫਿਰ ਸੰਗਤ ਵਿੱਚ ਆ ਕੇ ਸੋਝੀ ਹੋ ਜਾਏ ਕਿ ਅਸਲ ਆਸਰਾ ਕੌਣ ਹੈ। ਤਤ ਆਸਰਿੰਗ ਨਾਨਕ ਗੋਬਿੰਦ 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 ਗੋਪਾਲ ਕਿਰਪਾ। ਜਦੋਂ ਤੁਸੀਂ ਇਸ ਤਰ੍ਹਾਂ ਇੱਕ ਇੱਕ ਅੱਖਰ ਨੂੰ ਸਮਝ ਕੇ ਪੜ੍ਹੋਗੇ ਤੁਹਾਨੂੰ ਇਹ ਔਖਾ ਨਹੀਂ ਲੱਗੇਗਾ, ਔਰ ਇਹਦੇ ਵਿੱਚੋਂ ਬੜਾ ਆਨੰਦ ਪ੍ਰਾਪਤ ਹੁੰਦਾ। ਮੈਂ ਤਾਂ ਜਦੋਂ ਸਹਿਜ ਕਿਰਤੀ ਸਲੋਕ, ਕਿਉਂਕਿ ਕੁਦਰਤੀ ਗੁਰੂ ਨੇ ਇਹ ਬਖਸ਼ਿਸ਼ ਕੀਤੀ, 45 ਪਾਠ ਬੋਧ ਸਮਾਗਮ ਦੇਸ਼ ਭਰ ਵਿੱਚ ਅਸੀਂ ਕੀਤੇ, ਔਰ ਹਰ ਪਾਠ ਬੋਧ ਸਮਾਗਮ ਵਿੱਚ ਇਸ ਬਾਣੀ ਦਾ ਪਾਠ ਕਰਨ ਦੀ ਸੇਵਾ ਦਾਸ ਨੂੰ ਮਿਲੀ। ਫਿਰ 40 ਸਾਲ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਇਆ, ਅਤੇ ਹੁਣ ਗੁਰੂ ਨੇ ਪ੍ਰੇਰਨਾ ਕੀਤੀ ਵੀ ਨਹੀਂ, ਸੰਗਤ ਵਿੱਚ ਵਿਚਰ ਕੇ ਵੀ ਇਹਦੀ ਵਿਚਾਰ ਕਰੋ, ਤਾਂ ਜੋ ਅਸੀਂ ਇਹ ਨਾ ਹੋਵੇ ਔਖੀ ਔਖੀ ਕਹਿ ਕੇ, ਮਹਿੰਗੀ ਮਹਿੰਗੀ ਕਹਿ ਕੇ ਬਾਣੀ ਪੜ੍ਹਨੀ ਛੱਡ ਦੇਈਏ। ਤੁਸੀਂ ਜਦੋਂ ਜੂ ਜੂ ਪੜ੍ਹੋਗੇ ਸੁਣੋਗੇ ਤੁਸੀਂ ਕਹੋਗੇ ਤਾਂ ਬੜਾ ਹੀ ਆਨੰਦ ਹੈ, ਬੜਾ ਹੀ ਗਿਆਨ ਹੈ ਇਹਦੇ 'ਚ। ਕਾਚ ਕੋਟੰ ਰਚੰਤ ਤੋਇੰ ਲੇਪਨ ਰਕਤ ਚਰਮਣ ਨਵੰਤ ਦੁਆਰੰ ਭੀਤ ਰੈਤੰ ਬਾਹ ਰੂਪੰ ਅਸਥੰਬਨ ਗੋਬਿੰਦ ਨਾਮੰ ਨਾ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲੱਭ ਦੇ ਉਦਰਹੰਤ ਸਾਧ ਸ਼ਰਨ ਨਾਨਕ ਹਰ 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 ਹਰੇ ਜਪੰਤ। ਦੇਖੋ ਸਾਨੂੰ ਸਾਡੇ ਸਰੀਰ ਦਾ ਨਕਸ਼ਾ ਬਣਾ ਕੇ ਵੀ ਦੱਸ ਦਿੱਤਾ, ਆਖਿਆ ਕਾਚ ਕੋਟਮ, ਕੋਟ ਕਹਿੰਦੇ ਨੇ ਕਿਲੇ ਨੂੰ, ਇਹ ਕੱਚਾ ਕਿਲਾ ਹੈ। ਕਿਉਂ ਕੱਚਾ ਕਿਲਾ ਹੈ ਪਤਾ ਨਹੀਂ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਨਕਾ, ਮਾੜੀ ਜਿਹੀ ਠੋਕਰ ਲੱਗੀ ਹੋ ਗਿਆ ਹੋ ਗਿਆ। ਆਹ ਪਰਸੋਂ ਦੀ ਗੱਲ ਹੈ, ਤੁਸੀਂ ਵੀ ਸ਼ਾਇਦ ਦੇਖਿਆ, ਮੈਂ ਤਾਂ ਕਦੇ ਵਟਸਐਪ ਵਰਤਿਆ ਨਹੀਂ, ਮੈਨੂੰ ਆਉਂਦਾ ਨਹੀਂ, ਬੱਚੇ ਬੜਾ ਇਸ 'ਤੇ ਸ਼ਦਾਈ ਹੋਏ ਨੇ। ਉਹਨਾਂ ਮੈਨੂੰ ਦਿਖਾਇਆ ਵੀ ਇੱਕ ਬੱਚੀ ਪੱਤਰਕਾਰ ਸੀ ਜਾਂ ਕੌਣ ਸੀ, ਉਹ ਬੋਲ ਰਹੀ ਸੀ, ਬੜੇ ਲੈਕਚਰ ਕਰ ਰਹੀ ਸੀ, ਬਸ ਬੋਲਦਿਆਂ ਬੋਲਦਿਆਂ ਮਾੜਾ ਜਿਹਾ ਸੀ। ਹੈ ਨਾ ਕੱਚਾ ਕਿਲਾ। ਅਸੀਂ ਇਹਦੇ ਕਿਤਨੇ ਪ੍ਰੋਗਰਾਮ ਬਣਾਉਂਦੇ ਹਾਂ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਹਾ ਕਰਦੇ ਸਨ,
ਵੀ ਬੰਦਾ 90 ਸਾਲ 92 ਸਾਲ ਦਾ ਹੋ ਜਾਵੇ ਤਾਂ ਜਨਮ ਦਿਨ ਮਨਾਉਂਦਾ, ਪਰ ਮਰਨ ਦਿਨ ਨੂੰ ਯਾਦ ਹੀ ਨਹੀਂ ਹੈ। ਅਤੇ ਬਾਬਾ ਨਾਨਕ ਜੀ ਨੇ ਇੱਕੋ ਹੀ ਗੱਲ ਮੁਕਾਤੀ, ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣ, ਪਤਾ ਹੀ ਨਹੀਂ ਸਾਨੂੰ। ਇਸ ਤੋਂ ਵੱਧ ਹੁਣ ਇਹਦੇ ਕੱਚੇ ਹੋਣ ਦੀ ਕੀ ਪ੍ਰਮਾਣ ਦਿੱਤਾ ਜਾਏ? ਤੁਸੀਂ ਆਖੋਗੇ ਬਾਬਾ ਜੀ ਸਾਨੂੰ ਡਰਾਉਂਦੇ ਨੇ, ਕਹਿੰਦੇ ਨਹੀਂ ਨਹੀਂ, ਬਾਬਾ ਜੀ ਤਾਂ ਕਹਿੰਦੇ ਨਾਨਕ ਬਿਨ ਵਹਿ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨਾਨਕ ਬਿਨ ਵਹਿ ਤਿਸਹਿ ਸਿਰੇ ਵੋ ਜਾ ਕੇ ਜੀ ਪਰਾਂ। ਗੁਰਬਾਣੀ ਹੋਰ ਕੁਝ ਨਹੀਂ ਕਹਿੰਦੀ ਵੀ ਪੁੱਠੇ ਲਟਕੋ, ਤੂਣੀਆਂ ਤਾਪੋ, ਜਲ ਤਾਰੇ ਕਰੋ, ਵਰਤ ਨਾ ਨਾ। ਗੁਰਬਾਣੀ ਤਾਂ ਵਾਰ ਵਾਰ ਇੱਕੋ ਹੀ ਸਿੱਖਿਆ ਦਿੰਦੀ ਹੈ ਬਈ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ। ਫਿਰ ਹੋਰ ਕਿੱਡਾ ਸੌਖਾ ਗਿਆਨ ਹੈ ਬਈ, ਤੁਸੀਂ ਜਦੋਂ ਕੋਈ ਤੁਹਾਨੂੰ ਪਾਣੀ ਦਾ ਗਲਾਸ ਪਿਲਾਵੇ ਪਿਆਸ ਲੱਗੀ ਤਾਂ ਤੁਸੀਂ ਕੀ ਕਰਦੇ ਹੋ? ਥੈਂਕ ਯੂ ਜੀ, ਸ਼ੁਕਰੀਆ ਜੀ। ਕੋਈ ਰਸਤਾ ਦੱਸ ਦੇਵੇ ਭੁੱਲੇ ਨੂੰ, ਅਸੀਂ ਨੇ ਸ਼ੁਕਰੀਆ, ਬਸ ਇੰਨੀ ਗੱਲ ਹੈ। ਗੁਰੂ ਦੀ ਭਗਤੀ ਤਾਂ ਆ ਜੀ ਬਈ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਇਹਦੂ ਸੌਖਾ ਹੋਰ ਤਰੀਕਾ ਪਤਾ ਨਹੀਂ ਕੋਈ ਕੌਣ ਦੱਸੇਗਾ ਤੁਹਾਨੂੰ, ਪਰ ਅਸੀਂ ਉੱਧਰ ਭੱਜ ਭੱਜ ਕੇ ਜਾਂਦੇ ਹਾਂ ਜਿਹੜੇ ਭੋਰਿਆਂ ਵਿੱਚ ਵਾੜਨ ਅਤੇ ਆਖਣ ਕੰਨਾ ਕੋਰਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਅਤੇ ਫਿਰ ਅੱਗੇ ਨਾ ਦੱਸੀ ਭਾਈ ਅਰਨਾਮਿਆਂ ਪਤਾ ਸਾਹਿਬ ਐਸੀ ਖੁਰ, ਉੱਧਰ ਦੌੜ ਦੌੜ। ਐਡਾ ਸੌਖਾ ਤਰੀਕਾ, ਘਰ ਵਿੱਚ ਰਹੋ, ਗ੍ਰਸਥ ਵਿੱਚ ਰਹੋ, ਡਿਊਟੀ ਕਰੋ, ਆਪਣਾ ਫਰਜ਼ ਨਿਭਾਓ ਅਤੇ ਉਹਦਾ ਸ਼ੁਕਰ ਕਰੋ। ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਅਸੀਂ ਕਦੇ ਗੱਲਾਂ ਬਾਤਾਂ ਕਰਕੇ ਓਏ ਹੋਏ ਹੋਏ ਇਹ ਜ਼ਾਹਰ ਕਰਨ ਦਾ ਯਤਨ ਕਰਦੇ ਹਾਂ ਬਈ ਅਸੀਂ ਤਾਂ ਇੱਥੋਂ ਜਾਣਾ ਹੀ ਨਹੀਂ, ਪਰ ਗੁਰਦੇਵ ਗਿਆਨ ਬਖਸ਼ਦੇ ਨੇ, ਕਾਚ ਕੋਟੰਗ ਰਚੰਤ ਤੋਇੰਗ। ਇਹ ਅੱਖਰ ਦੋ ਰੂਪਾਂ ਵਿੱਚ ਆਏਗਾ, ਤੋਇੰਗ ਦਾ ਅਰਥ ਹੈ ਪਾਣੀ, ਤੋਇੰਗ ਦਾ ਅਰਥ ਹੈ ਤੂੰ। ਅਸੀਂ ਗਲਤੀ ਨਾਲ ਦੋਵੇਂ ਥਾਈਂ ਉਹ ਤੋਇੰਗ ਪੜ ਜਾਂਦੇ ਹਾਂ, ਨਹੀਂ, ਜਿੱਥੇ ਹੋੜਾ ਹੋਵੇ ਉੱਥੇ ਅਰਥ ਹੈ ਪਾਣੀ। ਇਹ ਕੱਚਾ ਕਿਲਾ ਹੈ ਰਚੰਤ ਤੋਇੰਗ, ਇਹ ਪਾਣੀ ਦਾ ਬਣਿਆ ਹੋਇਆ। ਤੁਸੀਂ ਆਖੋਗੇ ਕਿਵੇਂ? ਪੜ੍ਹੋ ਬਾਣੀ, ਮਾਂ ਕੀ ਰਕਤ ਪਿਤਾ ਬਿੰਦ ਤਾਰ, ਮੂਰਤ ਸੂਰਤ ਕਰ ਆਪਾ, ਤੋ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ। ਇਹਦੇ ਉੱਤੇ ਲੇਪਣ ਕਿਹੜਾ ਹੋਇਆ? ਲਹੂ ਦਾ, ਚਮੜੇ ਦਾ, ਮਾਤਾ ਦਾ ਲਹੂ ਹੈ। ਉਹਦੇ ਨਾਲ ਪਰਮੇਸ਼ਵਰ ਨੇ ਇਸ ਦੇ ਅੰਦਰ ਸਭ ਕੁਝ ਲੁਕੋ ਦਿੱਤਾ। ਨਵੰਤ ਦੁਆਰੰ, ਨੌ ਇਹਦੇ ਦਰਵਾਜ਼ੇ ਹਨ, ਭੀਤ ਰਹਿਤਨ। ਉਹ ਨੌ ਦਰਵਾਜ਼ੇ ਕਿਹੜੇ ਨੇ? ਦੋ ਅੱਖਾਂ ਦੀਆਂ ਮੋਰੀਆਂ, ਦੋ ਨੱਕ ਦੀਆਂ ਮੋਰੀਆਂ, ਦੋ ਕੰਨ ਦੀਆਂ ਮੋਰੀਆਂ, ਇੱਕ ਮੂੰਹ ਦੀ ਮੋਰੀ, ਇੱਕ ਲੈਟਰਿਨ ਪਿਸ਼ਾਬ ਦੀ ਜਗ੍ਹਾ, ਇਹ ਨੌ ਮੋਰੀਆਂ, ਨੌ ਦਰਵਾਜ਼ੇ ਨੇ। ਨਵੰਤ ਦੁਆਰੰ ਭੀਤ ਰਹਿਤਨ, ਫਿਰ ਇਹਨਾਂ ਨੂੰ ਕੋਈ ਦਰਵਾਜ਼ਾ ਨਹੀਂ ਲੱਗਾ ਹੋਇਆ, ਇਹ ਖੁੱਲ੍ਹੇ ਨੇ। ਪੜ੍ਹੋ ਕਦੇ ਆਨੰਦ ਸਾਹਿਬ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਦਸਵਾਂ। ਉਹ ਦਸਵਾਂ ਕਿਹੜਾ ਹੈ? ਗਿਆਨ ਦਾ ਦਰਵਾਜ਼ਾ। ਉਹ ਕਿਸੇ ਵਰਮੇ ਨਾਲ ਮੋਰੀ ਕਰਕੇ ਨਹੀਂ ਖੋਲ੍ਹਣਾ, ਗਿਆਨਾ ਖੋਲ੍ਹਣਾ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾ। ਜਿਹੜੇ ਗੁਰੂ ਦੀ ਸੰਗਤ ਵਿੱਚ ਆਉਣਗੇ ਭਾਵਨੀ ਨਾਲ, ਸ਼ਰਧਾ ਨਾਲ, ਬੱਧੇ ਰੁੱਧੇ ਨਹੀਂ ਦਿਖਾਵੇ, ਉਹਨਾਂ ਦਾ ਉਹ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਏ। ਤਾਂ ਇਸ ਤਰ੍ਹਾਂ ਸਤਿਗੁਰੂ ਸਾਨੂੰ ਅਗਿਆਨਤਾ ਵਿੱਚੋਂ ਗਿਆਨ 'ਚ ਲਿਆਉਂਦੇ, ਹਨੇਰੇ ਵਿੱਚੋਂ ਚਾਨਣ ਵਿੱਚ ਲਿਆਉਂਦੇ ਨੇ। ਨਵੰਤ ਦੁਆਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਭਨ। ਬਾਏ ਦਾ ਮਤਲਬ ਹਵਾ, ਹਵਾ ਦਾ ਥੰਬਾ, ਆ ਜਿਹੜੇ ਸਵਾਸ ਨੇ ਜਿਹਨੂੰ ਅਸੀਂ ਪਵਣ ਕਹਿੰਦੇ, ਇਹਦੇ ਅਸ ਇਹ ਬੰਦ ਹੋ ਜਾਣ ਤਾਂ ਬੰਦਾ ਡਿੱਗ ਪੈਂਦਾ। ਥੰਮਾ ਦਾ ਮਤਲਬ ਜਿਹਦੇ ਆਸਰੇ ਇਹ ਖੜ੍ਹਾ ਹੋਇਆ। ਪਰ ਗੋਬਿੰਦ ਨਾਮੰਗ ਨਾ ਸਿਮਰੰਤ, ਇਹਨੂੰ ਆਮ ਪ੍ਰੇਮੀ ਨੈ ਬੋਲਦੇ ਨੇ। ਨੈ ਉੱਥੇ ਹੋਏਗਾ ਜਿੱਥੇ ਹਾਏ ਨੂੰ ਸਿਆਰੀ ਹੋਵੇਗੀ, ਉਹ ਵੀ ਆਏਗਾ ਗੁਰਬਾਣੀ 'ਚ। ਉੱਥੇ ਨੈ ਪੜ੍ਹਨਾ ਕੋਈ ਮਾੜੀ ਗੱਲ ਨਹੀਂ, ਇੱਥੇ ਇਹ ਨਾ ਗੋਬਿੰਦ ਨਾਮੰਗ ਨਾ ਸਿਮਰੰਤ, ਨਹੀਂ ਯਾਦ ਕਰਦਾ,
ਅਗਿਆਨੀ ਜਾਨੰਤ ਅਸਥਿਰ। ਗਿਆਨ ਤੋਂ ਬਿਹੂਣਾ ਮਨੁੱਖ ਅਗਿਆਨੀ ਹੈ ਔਰ ਜਾਣਦਾ ਹੈ ਕਿ ਮੈਂ ਤਾਂ ਸਦਾ ਇੱਥੇ ਰਹਿਣਾ, ਮੈਂ ਤਾਂ ਜਾਣਾ ਹੀ ਨਹੀਂ ਹੈ। ਦੁਰਲੱਭ ਦੇ ਉਦਰੰਤ, ਇਹ ਮਨੁੱਖ ਦੇ ਹੀ ਦੁਰਲੱਭ ਹੈ। ਉਦਰੰਤ ਦਾ ਮਤਲਬ ਇਸ ਨੂੰ ਤਰਨ ਲਈ, ਇਹਨੂੰ ਸਵਾਰਨ ਲਈ, ਇਹਨੂੰ ਸਫਲ ਕਰਨ ਲਈ ਸਾਧ ਸ਼ਰਨ ਨਾਨਕ। ਨਾਨਕ ਜੀ ਫਰਮਾਉਂਦੇ ਨੇ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਅਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਕੀ ਕਰਨਾ? ਹਰ 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 ਹਰੇ ਜਪਨ। ਇਹਦਾ ਇੱਕ ਨਿਯਮ ਹੈ, ਜੇ ਚਾਰ ਵਾਰੀ ਹੋਵੇ ਤਾਂ ਦੋ ਦੋ ਦਾ ਜੋਟਾ ਬਣਾ ਲਓ, ਜੇ ਪੰਜ ਵਾਰੀ ਹੋਵੇ ਹਰ 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 ਹਰੇ ਜਪਨ, ਲੈ ਵੀ ਬਣੀ ਰਹੇਗੀ, ਗਿਣਤੀ ਵੀ ਠੀਕ ਰਹੇਗੀ ਔਰ ਪੜ੍ਹਨ ਦਾ ਆਨੰਦ ਵੀ ਆਏਗਾ। ਸੁਭੰ ਤੁਵੰ ਅਚੁੱਤ ਗੁਣਗਿਅੰ ਉਚੁੱਤ ਗੁਣਗਿਅੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੰ ਉੱਚੈ ਸਰਬਗ ਅਪਾਰਾ ਬ੍ਰਿਤਿਆ ਪ੍ਰਿਯੰ ਵਿਸਰਾਮ ਚਰਨੰ ਅਨਾਥ ਨਾਥੇ ਨਾਨਕ ਸ਼ਰਨੰ। ਹੁਣ ਪਾਤਸ਼ਾਹ ਫਰਮਾਉਂਦੇ ਨੇ, ਅਚੁੱਤ ਸ਼ਬਦ ਪਹਿਲਾਂ ਸਵੇਰੇ ਵੀ ਆਇਆ ਸੀ, ਅਚੁੱਤ ਤਨਾ ਤੋਂ ਅਚੁੱਤ ਦਾ ਮਤਲਬ ਹੈ ਅਵਿਨਾਸੀ, ਨਾ ਨਾਸ ਹੋਣ ਵਾਲਾ ਜੋ ਪਰਮਾਤਮਾ। ਆਖਿਆ ਹੇ ਅਵਿਨਾਸੀ ਵਾਹਿਗੁਰੂ, ਗੁਣਗਿਅੰ ਤੁਸੀਂ ਗੁਣਾਂ ਦੇ ਗਿਆਤਾ ਹੋ, ਪੂਰਨੰ ਪਰਿਪੂਰਨ ਹੋ, ਬਹੁ ਲੋਕ ਕਿਰਪਾਲਾ ਬੜੇ ਦਿਆਲੂ ਹੋ ਔਰ ਤੁਹਾਡੇ ਕਰਕੇ ਇਹ ਸਭ ਕੁਝ ਸੋਹਣਾ ਲੱਗ ਰਿਹਾ। ਉਹਦੀ ਜੋਤ ਨਾ ਹੋਵੇ ਤੁਸੀਂ ਅੱਗੇ ਦੇਖ ਲਓ ਵੀ ਕੀ ਬਣੇਗਾ। ਤੋ ਗੁਰੂ ਅਰਜਨ ਦੇ ਪਾਤਸ਼ਾਹ ਨੇ ਸੁਭੰਤ ਤੋਂ ਤੇਰੇ ਕਰਕੇ, ਹੇ ਅਚੁੱਤ, ਹੇ ਗਪੂਰਨੰ, ਹੇ ਗੁਣਗਿਅੰ, ਹੇ ਕਿਰਪਾਲੂ, ਤੇਰੇ ਕਰਕੇ ਇਹ ਸਭ ਕੁਝ ਸੋਹਣਾ ਲੱਗ ਰਿਹਾ। ਗੰਭੀਰੰ ਤੂੰ ਬਹੁਤ ਡੂੰਘਾ ਹੈ, ਉੱਚਾ ਉੱਚੇ ਤੋਂ ਉੱਚਾ ਹੈ, ਸਰਬਗ ਸਰਬ ਗਿਆਤਾ, ਅਸੀਂ ਹਾਂ ਅਲਪਗ ਥੋੜ੍ਹੀ ਬੁੱਧੀ ਵਾਲੇ, ਪਰਮੇਸ਼ੁਰ ਹੈ ਸਰਬਗ ਅਪਾਰਾ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਬ੍ਰਿਤਿਆ ਪ੍ਰਿਯੰਗ, ਬ੍ਰਿਤ ਕਹਿੰਦੇ ਨੇ ਦਾਸ ਨੂੰ, ਸੇਵਕ ਨੂੰ, ਨੌਕਰ। ਪ੍ਰਿਯੰਗ ਮੈਨੂੰ ਬੜਾ ਪਿਆਰਾ ਹੈ, ਭਾਵ ਆਪਣੇ ਸੇਵਕਾਂ ਦਾ ਪਿਆਰਾ ਹੈ, ਆਪਣੇ ਸੇਵਕਾਂ ਦਾ ਉਸ ਨੂੰ ਬੜਾ ਧਿਆਨ ਹੈ। ਸਾਰੀ ਗੁਰਬਾਣੀ ਸਾਨੂੰ ਸਮਝਾ ਰਹੀ ਭਗਤਾਂ ਦੀ, ਸਦਾ ਤੂੰ ਰੱਖਦਾ ਹਰ ਜੀ ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਟਾ। ਪੜ੍ਹਦੇ ਸੁਣਦੇ ਸਾਰੇ ਹਾਂ ਪਰ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮ ਪੁਲਾ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨ। ਬ੍ਰਿਤਿਆ ਪ੍ਰਿਯੰ ਵਿਸਰਾਮ ਚਰਨੰ, ਉਹਨਾਂ ਨੂੰ ਤੇਰੇ ਚਰਨਾਂ ਦਾ ਹੀ ਆਸਰਾ, ਤਥਾ ਉਹ ਤੇਰੇ ਚਰਨਾਂ ਨਾਲ ਜੁੜ ਕੇ ਵਿਸਰਾਮ ਸੁੱਖ ਪ੍ਰਾਪਤ ਕਰਦੇ। ਅਨਾਥ ਨਾਥੇ ਨਾਨਕ ਸ਼ਰਨ, ਅਸਲ ਸ਼ਬਦ ਨਾਥ ਹੈ, ਨਾਥ ਦਾ ਮਤਲਬ ਹੈ ਸਵਾਮੀ ਮਾਲਕ, ਅਨਾਥ ਜਿਨ੍ਹਾਂ ਦਾ ਕੋਈ ਨਾਥ ਨਹੀਂ ਉਹਨਾਂ ਦਾ ਵੀ ਤੂੰ ਨਾਥ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬ। ਤੋ ਪਾਤਸ਼ਾਹ ਕਹਿੰਦੇ ਨੇ ਨਾਨਕ ਵੀ ਤੇਰੀ ਸ਼ਰਨ ਵਿੱਚ ਹੈ। ਹੇ ਨਾਨਕ, ਉਹ ਪਰਮਾਤਮਾ ਜੋ ਅਨਾਥਾਂ ਦੇ ਨਾਥ ਨੇ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਮ੍ਰਿਗੀ ਪੇਖੰਤ ਬਦਿਕ ਪ੍ਰਹਰੇਣ ਲਖ ਆਵਧਾ ਅਹੋ ਜਸੈ ਰਖੇਣ ਗੋਪਾਲਾ ਨਾਨਕ ਰੋਮ ਨਾ ਛੇਦਿਅਤੇ। ਦੇਖੋ ਸਲੋਕ
ਛੋਟਾ ਜਿਹਾ, ਦੋ ਪੰਕਤੀਆਂ ਦਾ ਅਖਰੀ ਹਫ਼ਤੇ ਤੁਸੀਂ ਸਮਝ ਹੀ ਗਏ, ਪਰ ਥੋੜ੍ਹਾ ਜਿਹਾ ਇਸ ਨੂੰ ਖੋਲ੍ਹਣ ਵਾਸਤੇ ਇਹ ਠੀਕ ਹੈ ਕਿ ਅੱਜ ਸਾਨੂੰ ਸਾਖੀਆਂ ਤੋਂ ਹੋੜਿਆ ਜਾਂਦਾ, ਪਰ ਮੇਰੇ ਜੀਵਨ ਦਾ ਤਜਰਬਾ ਹੈ ਕਿ ਸਾਖੀ ਸੁਣਨ ਦੇ ਨਾਲ ਗੱਲ ਬੜੀ ਛੇਤੀ ਸਮਝ ਆ ਜਾਂਦੀ। ਕਹਿੰਦੇ ਨੇ ਹਿਰਨੀ ਜੰਗਲ ਵਿੱਚ ਆਪਣੀ ਮੌਜ ਵਿੱਚ ਫਿਰ ਰਹੀ ਸੀ, ਸ਼ਿਕਾਰੀ ਆ ਗਿਆ। ਉਸ ਨੇ ਹਿਰਨੀ ਨੂੰ ਦੇਖਿਆ ਅਤੇ ਹਿਰਨੀ ਨੂੰ ਮਾਰਨ ਵਾਸਤੇ ਉਹਨੇ ਕਈ ਯਤਨ ਕੀਤੇ, ਚਾਰੇ ਦਿਸ਼ਾਵਾਂ ਰੋਕ ਲਈਆਂ, ਇੱਕ ਪਾਸੇ ਜਾਲ ਲਾ ਦਿੱਤਾ, ਦੂਜੇ ਪਾਸੇ ਜੰਗਲ ਨੂੰ ਅੱਗ ਲਾ ਦਿੱਤੀ, ਤੀਜੇ ਪਾਸੇ ਆਪਣਾ ਕੁੱਤਾ ਖੜਾ ਕਰਤਾ, ਚੌਥੇ ਪਾਸੇ ਆਪ ਬੰਦੂਕ ਲੈ ਕੇ ਖੜਾ। ਹੁਣ ਬੜਾ ਖੁਸ਼ ਹੈ ਕਿ ਇਹ ਬਚ ਕੇ ਨਹੀਂ ਜਾ ਸਕਦਾ ਕਿਉਂਕਿ ਚਾਰੇ ਪਾਸੇ ਰੋਕ ਲੈਣ। ਪਰ ਗੁਰਦੇਵ ਕੀ ਸਮਝਾਉਣਾ ਚਾਹੁੰਦੇ ਨੇ, ਕਹਿੰਦੇ ਆਹੋ ਜੱਸਿਆ ਰੱਖੇਣ ਗੋਪਾਲਾ, ਜਿਸ ਦਾ ਰਾਖਾ ਗੋਪਾਲ ਹੋਵੇ, ਜਿਹਨੂੰ ਬਚਾਉਣਾ ਚਾਹੇ ਨਾਨਕ ਰੋਮ ਨਾ ਛੇਦੇ ਤੇ, ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਹੋਇਆ ਕੀ, ਪਰਮੇਸ਼ਵਰ ਨੇ ਮਾੜੀ ਜੀ ਹਵਾ ਚਲਾਈ ਅਤੇ ਅੱਗ ਉੱਧਰ ਵੱਲ ਗਈ ਜਿੱਧਰ ਜਾਲ ਲੱਗਾ ਸੀਗਾ, ਸੜ ਕੇ ਸਵਾਹ ਹੋ ਗਿਆ, ਰਸਤਾ ਖੁੱਲ੍ਹ ਗਿਆ। ਸ਼ਿਕਾਰੀ ਨੇ ਕਿਹਾ ਤਾਂ ਗਈ, ਉਹਨੇ ਬੰਦੂਕ ਵਿੱਚੋਂ ਗੋਲੀ ਚਲਾ ਦਿੱਤੀ, ਉਹ ਕੁੱਤੇ ਨੂੰ ਜਾ ਵੱਜੀ, ਉਹ ਵੀ ਰਸਤਾ ਖੁੱਲ੍ਹ ਗਿਆ। ਜਿੱਥੇ ਸ਼ਿਕਾਰੀ ਖੜ੍ਹਾ ਸੀ ਉੱਥੋਂ ਖੁੱਡ ਵਿੱਚੋਂ ਸੱਪ ਨਿਕਲਿਆ, ਉਹਨੇ ਡੰਗ ਮਾਰਿਆ, ਉਹ ਵੀ ਖਤਮ। ਦੇਖੋ ਸਾਨੂੰ ਸੰਸਾਰ ਵਿੱਚ ਵਿਚਰਦਿਆਂ ਨਿਰਭੈ ਕਰਨ ਵਾਸਤੇ ਗੁਰਦੇਵ ਨੇ ਕੈਸੀ ਜੁਗਤ ਦੱਸੀ। ਹੁਣ ਪੜ੍ਹੋਗੇ ਤੁਹਾਨੂੰ ਸਮਝ ਆ ਜਾਏ। ਮਿਰਗੀ ਪੇਖੰਤ ਬੱਧਿਕ, ਬੋਲੋ, ਪਰਹਾਰੇਣ ਲੱਖ ਆਵਦਾ, ਪਰਹਾਰ ਕਰਨਾ, ਵਾਰ ਕਰਨਾ, ਯਤਨ ਕਰਨਾ, ਲੱਖ ਇੱਕ ਤੋਂ ਵੱਧ ਹੋ ਜਾਏ ਤਾਂ ਬਹੁ ਵਚਨ ਪਲੂਰਲ ਬਣ ਜਾਂਦਾ। ਆਵਦ ਕਹਿੰਦੇ ਹਥਿਆਰ ਚਲਾ ਦਿੱਤੇ, ਯਤਨ ਕਰ ਦਿੱਤੇ। ਆਹੋ ਜੱਸਿਆ ਰੱਖੇਣ ਗੋਪਾਲਾ, ਜਿਸ ਦਾ ਰਾਖਾ ਉਹ ਆਪ ਹੋਵੇ, ਨਾਨਕ ਰੋਮ ਨਾ ਛੇਦੇ ਤੇ, ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਨਾਲ ਹੀ ਅਗਲਾ ਸਲੋਕ ਬੜੇ ਧਿਆਨ ਨਾਲ ਪੜ੍ਹਨ ਵਾਲਾ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਬਿਖਮ ਥਾਨ ਬਸੰਤ ਊਚਾ, ਨਾ ਸਿਮਰੰਤ ਮਰਨ ਕਦਾਂਚਾ, ਹੋਵੰਤ ਆਗਿਆ ਭਗਵਾਨ ਪੁਰਖਾ, ਨਾਨਕ ਕੀਤੀ ਸਾਸ ਅਕਰਖਤੇ। ਹੁਣ ਅਖਰੀ ਅਰਥ ਤੁਸੀਂ ਜਿਸ ਤਰੀਕੇ ਨਾਲ ਆਪਾਂ ਹੌਲੀ ਹੌਲੀ ਸਮਝ ਸਮਝ ਕੇ ਪੜ੍ਹ ਰਹੇ ਹਾਂ। ਪਹਿਲੀ ਗੱਲ ਤਾਂ ਅਸੀਂ ਇਸ ਤਰ੍ਹਾਂ ਬਾਣੀ ਪੜ੍ਹਦੇ ਨਹੀਂ। ਜਿਹੜਾ ਤਰੀਕਾ ਅਸੀਂ ਅਪਣਾ ਲਿਆ ਵੀ ਜੀ ਇੰਨੇ ਘੰਟਿਆਂ ਵਿੱਚ ਭੋਗ ਪਾਉਣਾ, ਇਹ ਤਰੀਕਾ ਗੁਰਮਤ ਅਨੁਸਾਰੀ ਨਹੀਂ ਹੈ। ਗੁਰਮਤ ਅਨੁਸਾਰੀ ਤਾਂ ਸਹਿਜ ਪਾਠ ਹੈ ਜਿਹੜਾ ਸਮਝ ਸਮਝ ਕੇ ਕਰ। ਮੈਂ ਵੀ ਉਸ ਅਵਸਥਾ ਵਿੱਚੋਂ ਲੰਘਿਆ, ਮੈਂ ਐਵੇਂ ਝੂਠ ਬੋਲਾਂ ਵੀ ਘੰਟੇ 'ਚ ਇੰਨੇ ਅੰਗ ਪਾਠ ਕਰਨ, ਪਰ ਜਿੱਦਣ ਦੀ ਗੁਰੂ ਨੇ ਕਿਰਪਾ ਕੀਤੀ ਸਮਝ ਆਈ ਹੈ। ਹੁਣ ਸਹਿਜ ਪਾਠ ਤੁਸੀਂ ਸੁਣਦੇ ਹੋ ਕਦੇ ਕਦੇ ਚੜ੍ਹਦੀ ਕਲਾ ਟਾਈਮ ਟੀਵੀ, ਮੈਂ ਇੱਕ ਘੰਟੇ ਵਿੱਚ 7 ਅੰਗ ਪਾਠ ਕੀਤਾ। ਪਹਿਲੇ ਦਿਨ ਥੋੜ੍ਹੀ ਜਿਹੀ ਸਪੀਡ ਸੀ ਤਾਂ ਮੇਰੀ ਸਿੰਘਣੀ ਜੀਵਨ ਸਾਥ ਨੂੰ ਸੁਣਨ ਵਾਸਤੇ ਕੋਲ ਬੈਠੇ, ਕਹਿੰਦੇ ਥੋੜ੍ਹਾ ਜਿਹਾ ਹੋਰ ਹੌਲੀ ਕਰੋ। ਮੈਂ ਹੋਰ ਹੌਲੀ ਕਰਤਾ ਤਾਂ ਮੈਨੂੰ ਬੜਾ ਹੀ ਆਨੰਦ ਆਇਆ। ਇਉਂ ਲੱਗਿਆ ਵੀ ਜਿਵੇਂ ਗੁਰਬਾਣੀ ਮੇਰੀ ਅਗਵਾਈ ਕਰ ਰਹੀ ਹੈ, ਮੇਰੀ ਉਂਗਲ ਫੜ ਕੇ ਮੈਨੂੰ ਤੋਰ ਰਹੀ, ਸਮਝ ਆਉਣ ਲੱਗੀ। ਤੋ ਇਹੀ ਤਜਰਬਾ ਤੁਸੀਂ ਵੀ ਕਰਕੇ ਦੇਖ ਸਕਦੇ।
ਮੈਨੂੰ ਤਾਂ ਇੰਨੀ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਖੁਸ਼ੀ ਹੁੰਦੀ ਹੈ ਵੀ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਪਾਠ ਕਰਨਾ ਨਹੀਂ ਸੀ ਆਉਂਦਾ ਉਹ ਪਾਠ ਕਰਨ ਲੱਗ ਪਏ, ਕਹਿੰਦੇ ਹੁਣ ਸਾਨੂੰ ਸਮਝ ਆਉਂਦੀ। ਤੋ ਸੱਚਮੁੱਚ ਬਾਣੀ ਅਤੇ ਗਿਆਨ ਦਾ ਸਾਗਰ ਹੈ, ਅਸੀਂ ਇਹਨੂੰ ਇੱਕ ਰੂਟੀਨ ਫਾਰਮੈਲਿਟੀ ਬਣਾ ਲਿਆ। ਫਿਰ ਆਹ ਜਦੋਂ ਦੇ ਗਿਣਤੀਆਂ ਦੇ ਪਾਠ ਸ਼ੁਰੂ ਹੋਏ ਨੇ, 50 ਪਾਠ, 100 ਪਾਠ, 500, ਇੱਕ ਠੇਕੇਦਾਰ ਬਣ ਜਾਂਦਾ, ਬਾਕੀ ਤਾਂ ਸਾਰੇ ਗਾਹਕ ਬਣ ਜਾਂਦੇ ਨੇ। ਚੱਲ ਬਾਈ, ਨਾ ਕਿਸੇ ਨੇ ਸੁਣਿਆ ਨਾ ਸੁਣਾਇਆ। ਤਾਂ ਮਤਲਬ ਅਸੀਂ ਗੁਰਬਾਣੀ ਦਾ ਉਹ ਲਾਹਾ ਨਹੀਂ ਲੈ ਸਕੇ। ਤੋ ਪਾਤਸ਼ਾਹ ਕਹਿੰਦੇ ਬਹੁਤ ਯਤਨ ਕਰਤਾ ਬਲਵੰਤਕਾਰੀ। ਹੁਣ ਇਹਦੇ ਨਾਲ ਵੀ ਇੱਕ ਸਾਖੀ ਸਾਨੂੰ ਬਜ਼ੁਰਗ ਉਸਤਾਦ ਸੁਣਾਇਆ ਕਰਦੇ ਸਨ ਵੀ ਇੱਕ ਰਾਜਾ ਹੋਇਆ ਪ੍ਰੀਸ਼ਤ, ਉਹਨੂੰ ਇਹ ਦੱਸਿਆ ਗਿਆ ਕਿ ਤੇਰੀ ਮੌਤ ਸੱਪ ਦੇ ਲੜਨ ਨਾਲ ਹੋਣੀ। ਉਹਨਾਂ ਮੈਂ ਸੱਪ ਹੀ ਨਹੀਂ ਰਹਿਣ ਦੇਣੇ, ਬੰਦਾ ਜਿਹਦੇ ਕੋਲ ਤਾਕਤ ਹੋਵੇ ਉਹ ਬਹੁਤ ਕੁਛ ਕਰ ਜਾਂਦਾ। ਉਸ ਨੇ ਹੁਕਮ ਕਰਤਾ ਆਪਣੀ ਫੌਜ ਨੂੰ, ਸੈਨਾ ਨੂੰ, ਪਬਲਿਕ ਨੂੰ, ਬਈ ਜਿੱਥੇ ਸੱਪ ਮਿਲੇ ਮਾਰ ਦਿਓ। ਹਜ਼ਾਰਾਂ ਲੱਖਾਂ ਸੱਪ ਮਾਰੇ, ਫਿਰ ਵੀ ਉਹਨੂੰ ਚੈਨ ਨਹੀਂ ਆਇਆ। ਫਿਰ ਉਸਨੇ ਸ਼ੀਸ਼ੇ ਦਾ ਮਹਿਲ ਬਣਾਇਆ, ਕੰਧਾਂ ਵੀ ਸ਼ੀਸ਼ੇ ਦੀਆਂ, ਛੱਤ ਵੀ ਸ਼ੀਸ਼ੇ ਦਾ, ਸਭ ਦਰਵਾਜ਼ੇ ਵੀ ਸ਼ੀਸ਼ੇ। ਹੁਣ ਇੱਥੇ ਵੀ ਚੈਨ ਨਹੀਂ ਆਇਆ, ਉੱਚੀ ਜਗ੍ਹਾ 'ਤੇ ਬਣਾਇਆ। ਫਿਰ ਉਸਨੇ ਬਾਹਰ ਪਹਿਰੇਦਾਰ ਖੜ੍ਹੇ ਕਰ ਦਿੱਤੇ, ਸੰਗੀਨਾਂ ਵਾਲੇ। ਹੁਣ ਉਹ ਬੇਫਿਕਰ ਹੋ ਗਿਆ ਵੀ ਇੱਥੇ ਤਾਂ ਕੀੜੀ ਵੀ ਨਹੀਂ ਆ ਸਕਦੀ, ਸੱਪ ਕਿੱਥੇ ਆਉਣਾ। ਪਰ ਜਦੋਂ ਦਾ ਸਮਾਂ ਆ ਗਿਆ ਫਿਰ ਕੀ ਹੋਇਆ, ਮਾਲਣ ਰੋਜ਼ ਫੁੱਲ ਤੋੜ ਕੇ ਉਹਦੇ ਭੇਟ ਕਰਨ ਜਾਂਦੀ ਸੀ। ਉਹਨੇ ਆਪਣੀ ਡਿਊਟੀ ਅਨੁਸਾਰ ਕੀਤਾ, ਸਿਪਾਹੀਆਂ ਨੂੰ ਪਤਾ ਸੀ ਵੀ ਮਾਲਣ ਰੋਜ਼ ਫੁੱਲ ਲੈ ਕੇ ਜਾਂਦੀ, ਉਹਨੂੰ ਕਿਸੇ ਨੇ ਨਹੀਂ ਰੋਕਿਆ। ਪਰ ਅੱਜ ਸਮਾਂ ਆ ਗਿਆ ਅਤੇ ਉਹ ਫੁੱਲ ਦੇ ਅੰਦਰ ਛੋਟਾ ਜਿਹਾ ਰੂਪ ਧਾਰ ਕੇ ਬਹਿ ਗਏ। ਲੰਘ ਗਈ, ਫੁੱਲ ਭੇਟ ਕੀਤੇ, ਰਾਜੇ ਨੇ ਉਹ ਹੀ ਫੁੱਲ ਚੁੱਕਿਆ ਜਿਹਦੇ ਵਿੱਚ ਉਹਦਾ ਕਾਲ ਬੈਠਾ ਸੀ। ਉਹਨੇ ਐਂ ਲਾਇਆ, ਚੱਲ ਪਾਰ। ਹੁਣ ਗੁਰਦੇਵ ਨੇ ਦੋਵੇਂ ਚੀਜ਼ਾਂ ਸਮਝਾ ਦਿੱਤੀਆਂ ਵੀ ਜਦੋਂ ਤੀਕਰ ਉਹਦਾ ਹੁਕਮ ਨਾ ਹੋਵੇ ਕੋਈ ਮਰ ਨਹੀਂ ਸਕਦਾ, ਅਤੇ ਜਦੋਂ ਉਹਦਾ ਹੁਕਮ ਹੋ ਜਾਵੇ ਫਿਰ ਕੋਈ ਬਚਾ ਨਹੀਂ ਸਕਦਾ। ਕਿੱਡਾ ਵੱਡਾ ਗਿਆਨ ਹੈ। ਤੋ ਬਹੁਤ ਯਤਨ ਕਰਤਾ ਬਲਵੰਤਕਾਰੀ, ਬਲ ਵਾਲਾ ਬੜੇ ਯਤਨ ਕਰ। ਸੇਵੰਤ ਸੂਰਾ ਚਤੁਰ ਦਿਸ਼ਾ, ਉਹਦੇ ਚਾਰੇ ਪਾਸੇ ਸੂਰਮੇ ਉਹਦੀ ਸੇਵਾ ਵਿੱਚ ਪਹਿਰਾ ਕਦੇ ਰਹੇ ਨੇ। ਬਿਖਮ ਥਾਨ ਬਸੰਤ ਊਚਾ, ਬੜੀ ਔਖੀ ਜਗ੍ਹਾ, ਉੱਚੀ ਜਗ੍ਹਾ 'ਤੇ ਹੁਣ ਉਹਨੇ ਆਪਣਾ ਘਰ ਬਣਾ ਲਿਆ, ਨਿਵਾਸ ਰੱਖ ਲਿਆ, ਡੇਰਾ ਕਰ ਲਿਆ। ਨਾ ਸਿਮਰੰਤ ਮਰਨ ਕਦੰਚਾ, ਹੁਣ ਉਹਨੂੰ ਮੌਤ ਚੇਤੇ ਵੀ ਨਹੀਂ ਹੈਗੀ। ਹੋਵੰਤ ਆ ਗਿਆ ਭਗਵਾਨ ਪੁਰਖਾ, ਜਦੋਂ ਵਾਹਿਗੁਰੂ ਜੀ ਦਾ ਹੁਕਮ ਹੋ ਜਾਏ, ਨਾਨਕ ਕੀਤੀ ਸਾਸ ਅਕਰਖ। ਮੈਂ ਤਾਂ ਐਸਾ ਅਨੁਭਵ ਕਰਦਾ ਕਿ ਜੇ ਤੁਸੀਂ ਇਸ ਪਿਆਰ ਨਾਲ ਪੜ੍ਹੋਗੇ ਤੁਹਾਨੂੰ ਜੀਵਨ ਦੇ ਅੰਦਰ ਹਰ ਵੇਲੇ ਸਲੋਕ, ਹਰ ਵੇਲੇ ਬਾਣੀ ਅਗਵਾਈ ਬਖਸ਼ੇਗੀ। ਇਹੀ ਗੁਰੂ ਦਾ ਕੰਮ ਹੈ। ਜਿਹਨੂੰ ਗੁਰੂ ਕੋਲੋਂ ਅਗਵਾਈ ਮਿਲ ਗਈ ਉਹ ਫਿਰ ਕਦੇ ਕਿਸੇ ਭੰਬਲ ਭੂਸੇ 'ਚ ਨਹੀਂ ਪੈਂਦਾ, ਉਹ ਜੋਤਸ਼ੀਆਂ ਨੂੰ ਹੱਥ ਨਹੀਂ ਵਿਖਾਉਂਦਾ, ਉਹ ਕਦੇ ਪੁੱਛਾਂ ਵਾਲਿਆਂ ਕੋਲ ਨਹੀਂ ਜਾਂਦਾ। ਉਹ ਕਹਿੰਦਾ ਤੁਦ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈਂ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ। ਬਸ ਉਹ ਫਿਰ ਇੱਕ ਨਾਲ ਜੋਤ। ਸ਼ਬਦੰ ਰਤੰ ਹਿਤੰ ਮਯਾ, ਕੀਰਤੰ ਕਲੀ ਕਰਮ ਕ੍ਰਿਤਵਾ, ਮਿਟੰਤ ਤਤ੍ਰਾਗਤ ਪਰਮ ਮੋਹੰ, ਭਗਵਾਨ ਰਮਣ ਸਰਬਤਰ ਥਾਨਿਯੰ ਦ੍ਰਿਸ਼ਟ ਤੋਂ ਅਮੋਘ ਦਰਸ਼ਨ ਬਸੰਤ ਸਾਧ ਰਸਨ। ਹਰ 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 ਹਰੇ ਨਾਨਕ, ਪ੍ਰਿਯੰ ਜਾਪ ਜਪਨ। ਹੇ ਅਕਾਲ ਪੁਰਖ, ਤੇਰੀ ਕਿਰਪਾ ਹੋ ਜਾਏ। ਫਿਰ ਸ਼ਬਦੰ ਰਤੰ, ਸ਼ਬਦ ਦੇ ਨਾਲ
ਪਿਆਰ ਪੈ ਜਾਂਦਾ। ਰਤਨ ਦਾ ਮਤਲਬ ਰਤ ਪ੍ਰੇਮ ਹੋ ਜਾਂਦਾ। ਹਿਤੰ ਮਿਆ ਦਇਆ ਕਰਨ ਦੀ ਭਾਵਨਾ ਤਰਸ ਆ ਜਾਂਦਾ। ਜਿਹਦਾ ਸ਼ਬਦ ਨਾਲ ਚਿੱਤ ਜੁੜ ਜਾਏ ਉਹਦਾ ਚਿੱਤ ਕੋਮਲ ਹੋ ਜਾਂਦਾ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ ਕਿ ਬੱਚਿਆਂ ਨੂੰ ਪੰਜ ਪਿਆਰਿਆਂ ਦੇ ਨਾਮ ਇਉਂ ਯਾਦ ਕਰਾਇਆ ਕਰੋ, ਆਪ ਵੀ ਕਰੋ। ਗੁਰੂ ਸਾਹਿਬ ਨੇ ਸਿਰਫ ਨਾਮ ਨਹੀਂ ਰੱਖੇ, ਇਹ ਪੰਜ ਗੁਣ ਹਨ। ਸਭ ਤੋਂ ਪਹਿਲਾਂ ਸਿੱਖ ਸਿੱਖਣੀ ਦੇ ਹਿਰਦੇ ਵਿੱਚ ਦਇਆ ਪੈਦਾ ਹੋਣੀ ਚਾਹੀਦੀ, ਅਤੇ ਜਿੱਥੇ ਦਇਆ ਆ ਜਾਏਗੀ ਉੱਥੇ ਧਰਮ ਆਟੋਮੈਟਿਕਲੀ ਆ ਜਾਏ, ਕਿਉਂਕਿ ਤੌਲ ਧਰਮ। ਅਤੇ ਜਿੱਥੇ ਦਇਆ ਅਤੇ ਧਰਮ ਦੋਵੇਂ ਆ ਜਾਣਗੇ ਉੱਥੇ ਹਿੰਮਤ ਆ ਜਾਏਗੀ ਸੇਵਾ ਕਰਨ ਦੀ, ਬਜ਼ੁਰਗਾਂ ਦਾ ਹੁਕਮ ਮੰਨਣ ਦੀ, ਅਸਹਾਇਕ ਲੋਕਾਂ ਦੀ ਸਹਾਇਤਾ ਕਰਨ ਦੀ ਹਿੰਮਤ ਆ ਜਾਏ। ਅਤੇ ਜਿਹੜਾ ਇਹ ਤਿੰਨੇ ਗੁਣਾਂ ਦਾ ਧਾਰਨੀ ਹੋ ਜਾਏਗਾ ਉਹ ਫਿਰ ਕਨਫਰਮ ਮਾਇੰਡ, ਉਹਦਾ ਮੌਕਮਤਾਈ ਵੱਲ ਤੁਰ ਪੈਣਾ, ਉਹਦੀ ਆਦਤ ਬਣ ਜਾਏਗੀ। ਅਤੇ ਜਿਹਦੇ ਵਿੱਚ ਚਾਰੇ ਗੁਣ ਆ ਜਾਣਗੇ ਉਹ ਸਾਹਿਬ ਹੋ ਜਾਏ। ਸਾਹਿਬ ਕਿਸ ਨੂੰ ਕਹਿੰਦੇ ਨੇ? ਜਿਹੜਾ ਸਭ ਤੋਂ ਵੱਡਾ। ਤਾਂ ਇਸ ਤਰੀਕੇ ਨਾਲ ਆਪ ਵੀ ਯਾਦ ਕਰੀਏ ਅਤੇ ਬੱਚਿਆਂ ਨੂੰ ਵੀ ਯਾਦ ਕਰਾਈਏ। ਬੜੀ ਮੁਸ਼ਕਲ ਨਾਲ ਕੋਈ ਵਿਰਲੇ ਦੋ ਚਾਰ ਬੱਚੇ ਸੁਣਾਉਂਦੇ ਨੇ, ਉਹ ਫਿਰ ਕਦੇ ਧਰਮ ਸਿੰਘ ਪਹਿਲਾਂ ਅਤੇ ਦਇਆ ਸਿੰਘ ਪਿੱਛੋਂ ਅਤੇ ਸਾਹਿਬ ਸਿੰਘ ਪਹਿਲਾਂ ਅਤੇ ਰੱਟਾ ਲਾ ਕੇ। ਪਰ ਇਸ ਤਰੀਕੇ ਨਾਲ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਭਾਈ ਭਾਈ, ਇਹ ਪੰਜ ਗੁਣ ਹਨ ਜਿਹੜੇ ਹਰ ਕੁਛ। ਮਹਾਰਾਜ ਕਹਿੰਦੇ ਸ਼ਬਦੰ ਰਤੰ, ਜਿਹਦਾ ਸ਼ਬਦ ਨਾਲ ਪਿਆਰ ਹੋ ਜਾਂਦਾ। ਹਿਤੰ ਮਿਆ, ਉਹ ਫਿਰ ਦੂਜਿਆਂ 'ਤੇ ਦਇਆ ਕਰਨ ਦਾ, ਕਿਰਪਾ ਕਰਨ ਦਾ ਉਹਦਾ ਸੁਭਾਅ। ਕੀਰਤੰ ਕਲੀ ਕਰਮ ਕ੍ਰਿਤਵਾ, ਕਲੀ ਦਾ ਮਤਲਬ ਹੈ ਕਲਯੁੱਗ ਦੇ ਅੰਦਰ ਉਹ ਫਿਰ ਪਰਮੇਸ਼ਵਰ ਦੀ ਸਿਫਤ ਸਲਾਹ ਕਰਦਾ। ਕ੍ਰਿਤਵਾ, ਇਹ ਅੱਖਰ ਥੋੜ੍ਹਾ ਔਖਾ ਹੈ, ਕ੍ਰਿਤਵਾ ਤੱਤੇ ਦੇ ਔਂਕੜ ਨੂੰ ਵੀ ਕ੍ਰਿਤਵਾ, ਉਹ ਫਿਰ ਕਲਯੁੱਗ ਦੇ ਅੰਦਰ ਇਹ ਕਰਮ ਕਰਦਾ ਹੈ ਅਤੇ ਜਿਹੜਾ ਇਹ ਕਰਦਾ ਹੈ ਉਹਨੂੰ ਫਲ ਕੀ ਹੁੰਦਾ? ਮਿਟੰਤ ਤਤਰਾਗਤ ਭਰਮ ਮੋਹ, ਤਤਰਾਗਤ ਮਤਲਬ ਇੰਨੀ ਦੇਰ ਤੁਰਤ ਉਹਦਾ ਭਰਮ ਅਤੇ ਮੋਹ ਮੁੱਕ ਜਾਂਦਾ, ਉਹਨੂੰ ਸੋਝੀ ਆ ਜਾਂਦੀ। ਉਹ ਫਿਰ ਕਿਸੇ ਸੰਬੰਧ ਦੇ ਕਾਰਨ ਕਿਸੇ 'ਤੇ ਪੱਖ ਨਹੀਂ ਪੂਰਦਾ, ਉਹ ਕਹਿੰਦਾ ਨਹੀਂ, ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦਾ ਚਾਨਣ। ਮੈਨੂੰ ਨਜ਼ਰ ਆਉਂਦਾ ਹੈ ਕਿ ਸਾਰਿਆਂ ਵਿੱਚ ਪਰਮੇਸ਼ਵਰ ਦੀ ਤੋਂ ਉਹਦਾ ਭਰਮ ਅਤੇ ਮੋਹ ਤਤਰਾ ਖਤਮ, ਬਿਨਾਂ ਕਿਸੇ ਦੇਰੀ ਤੋਂ ਖਤਮ ਹੋ ਜਾਂਦਾ। ਭਗਵਾਨ ਰਮਣੰ ਸਰਬੱਤਰ ਥਾਨਿਅੰ, ਉਹਨੂੰ ਫਿਰ ਪਰਮੇਸ਼ਵਰ ਹਰ ਜਗ੍ਹਾ 'ਤੇ ਰਮਣੰ ਵਿਆਪਕ ਨਜ਼ਰ ਆਉਂਦਾ ਹੈ। ਲੋਗਾ ਭਰਮ ਨ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬਟ। ਫਰਕ ਸਿਰਫ ਇੰਨਾ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਰ। ਗੁਰਬਾਣੀ ਫਿਰ ਜੀਵਨ ਜਾਚ ਬਣ ਜਾਂਦੀ ਹੈ। ਫਿਰ ਪਾਤਸ਼ਾਹ ਨੇ ਦ੍ਰਿਸ਼ਟ ਤੋਂ ਪਰ ਇਹ ਅਵਸਥਾ ਬਣਦੀ ਕਿਹਦੀ ਹੈ? ਜਿਹਦੇ ਉੱਤੇ ਤੇਰੀ ਦ੍ਰਿਸ਼ਟੀ ਹੋ ਜਾਏ। ਦ੍ਰਿਸ਼ਟੀ ਦਾ ਬੜਾ ਫਰਕ ਹੈ। ਦ੍ਰਿਸ਼ਟੀ ਉਹ ਹੀ ਹੁੰਦੀ ਹੈ, ਕਿਸੇ ਉਰਦੂ ਦੇ ਵਿਦਵਾਨ ਨੇ ਕਿਹਾ, ਨਜ਼ਰ ਨੀਚੀ ਕੀ ਤੋ ਹਯਾ ਬਣ ਗਈ, ਨਜ਼ਰ ਤਿਰਛੀ ਕੀ ਤੋ ਅਦਾ ਬਣ ਗਈ, ਨਜ਼ਰ ਉੱਚੀ ਕੀ ਤੋ ਦੁਆ ਬਣ ਗਈ, ਨਜ਼ਰ ਬੰਦ ਹੋਈ ਤੋ ਕਜ਼ਾ ਬਣ ਗਈ। ਨਜ਼ਰ ਉਹ ਹੀ ਹੈ, ਪਰ ਜਿਹਦੇ ਵੱਲ ਉਹਦੀ ਫਿਰ ਕਿਰਪਾ ਦ੍ਰਿਸ਼ਟੀ ਹੋ ਜਾਏ। ਦ੍ਰਿਸ਼ਟ ਤੁਵੰਗ ਅਮੋਘ ਦਰਸ਼ਨ, ਅਮੋਘ ਉਸਨੂੰ ਕਹਿੰਦੇ ਨੇ ਜਿਹੜਾ ਕਦੇ ਵੀ ਫੇਲ ਨਾ ਹੋਵੇ, ਨਿਸ਼ਾਨੇ ਤੋਂ ਨਾ ਖੁੰਝੇ। ਜਿਵੇਂ ਗੁਰੂ ਪਾਤਸ਼ਾਹ ਦੇ ਤੀਰਾਂ ਬਾਰੇ ਕਿਹਾ ਜਾਂਦਾ ਕਿ ਅਮੋਘ ਬਾਣ ਸਨ, ਇਸੇ ਤਰ੍ਹਾਂ ਜਿਹੜੇ ਸ਼ੁੱਧ ਹਿਰਦੇ ਵਾਲੇ ਬੰਦੇ ਹੁੰਦੇ ਨੇ ਉਹਨਾਂ ਦੇ ਬਚਨ ਵੀ ਅਮੋਘ ਬਾਣ ਹੁੰਦੇ ਨੇ। ਤਾਂ ਮਹਾਰਾਜ ਕਹਿੰਦੇ ਦ੍ਰਿਸ਼ਟ ਤੁਵੰਗ ਅਮੋਘ ਦਰਸ਼ਨ, ਬਸੰਤ ਸਾਧ ਰਸਨਾ, ਤੁਸੀਂ ਸਾਧੂਆਂ ਦੀ ਨਾਮ ਜਪਣ ਵਾਲਿਆਂ ਦੀ ਰਸਨਾ 'ਤੇ ਵਸਦੇ ਹੋ। ਅਤੇ ਉਹਨਾਂ ਦੀ ਪਛਾਣ ਕੀ ਹੈ? ਹਰ 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 ਹਰੇ ਨਾਨਕ
प्रियंग जाप जपना, उन्हां दा जाप जपना, प्रियंग दा मतलब है प्यारे दा नाम जपना, ये उन्हां दे जीवन दा आधार बन जांदा है। उन्हां दी प्रीत फिर इन्नी परिपक्व हो जांदी है ज्यों मछली बिन पानी है क्यों जीवन पावे, बूंद भी होना चात्र को क्यों कर त्रिपतावे, नाद कुरंग के भेदया सनमुख उठतावे, पावर लोभी कुसुम बास का मिल आप बंधावे, त्यों संत जना हर प्रीत है देख दर्श अघावे। घटंत रूपं घटंत दीपं घटंतरवशिर निक्षत्र गगनं घटंत वसुदा गिर तर शिखंडं घटंत ललना सुत भ्रात हीतं घटंत कनिक मानिक माया स्वरूपं न घटंत केवल गोपाल अच्युत अस्थिर नानक साध जन। हुण घटंत अखर बार बार आ रहे हैं, ते घटंत दा मतलब है घट जाते हैं, नाश हो जाते, रूप जेड़ा है सुंदरता वह भी घट जाती। घटंत दीपं, दीप कहिंदे ने टापूआं जिहड़े चारे पासे पाणी होवे विचकार खुशकी होवे उहनूं दीप कहिंदे ने, सत दीप मन्ने जांदे ने, आईलैंड भी जिहनूं कहिंदे ने, किन्ने ही हैगे ने, मतलब कहण तों भी दिनों दिन घट रहे ने तथा नाश हो जांदे। घटंत रब ससियर, रब कहिंदे ने सूरज नूं, ससियर कहिंदे ने चंद्रमा नूं। नखियत्र गगनं, नखियत्र दा मतलब है तारा मंडल, ये जिन्हें तारियां दे मंडल हन वह भी घट रहे। गगन आकाश, देखो साइंसदान अज कुछ गल्लां मन रहे ने, आ पिछले दिन ही 14 जून वाले दिन दिल्ली गुरुद्वारा प्रबंधक कमेटी ने साडा कुछ विद्वानां दा ते कुछ साइंसदानां दा एक वो करा दिता, उन्हूं की कहते हैं सवाल जवाब कह लो, तो मैं उन्होंने पहले ही कहा, मैं क्या भी की साढ़े को कराओगे, ये मनते नहीं गुरु की गल तो असी मन मुश्किल हो जाएगी, क्या नहीं तुम आओ तो सही चलो चलेगी। उन्होंने अपने पक्ष पेश किए पर मन वह भी रहे सन जी गुरु पातशाह ने बहुत देर पहला आ किया आओ किया आ किया, हौली हौली उन्हों का जोड़ा सी ना असल रूप वह प्रगट हो लगे। कहने जी ये गुरबाणी उत्ते जोड़ा व्याकरण है पिंगल खास करके भगतों की बाणी उत्ते लागू नहीं होंदा है, वो कह तो बैठे। मैं खड़ा हो गया, मैं क्या विद्वान जनों तुम साइंसदान तो जरूर हो, तुम डिग्रियां तो प्राप्त कीतियां ने पर बाणी तुम बिल्कुल नहीं पढ़ी, आ गल कह के तुसी गुरु साहब नूं चुनौती दे दिती है, तुम गुरु साहब तो वड्डे हो गए, श्री गुरु ग्रंथ साहब जी की एक भी पंगती तुसी नहीं दिखा सकते जिदे उत्ते गुरबाणी का व्याकरण लागू ना होंदा। फिर उन्हूं यकदम संभरन वास्ते खड़े होके खिमा मंगनी पई कि मैं गलत कह बैठा। मैं क्या इस तरह की जोड़ा होछापन है ये तो तुहाडी उस गुरु प्रति श्रद्धा नूं ही खत्म कर दिया। तो ठीक है तुहाडे कोल PhD होर डिग्रियां होणगियां मुबारक है, पर गुरु की बाणी लई ऐसा कुछ कहना जो मेरे बाबे ने कहा उस 16 ने ठीक पत्थर ते लीक, ये सब कुछ घट रहा है। तुसी अज मन रहे हो बाबे ने बहुत देर पहला ये सब कुछ बचन कहन, तो घटंत रूपं घटंत दीपं घटंत रव ससियर नक्षत्र गगन। घटंत वसुदा, वसुदा कहते धरती, गिर तर सिखंडं, गिर कहते ने पहाड़, गिर दे रारे नू सियारी है,
ਪਹਾੜਾਂ ਦੀਆਂ ਚੋਟੀਆਂ ਉੱਤੇ ਦਰਖਤ ਵੀ ਘੱਟ ਰਹੇ ਨੇ। ਦਿਨੋ ਦਿਨ ਆ ਜਿਹੜੀ ਤੁਸੀਂ ਅੰਗਰੇਜ਼ੀ 'ਚ ਕੀ ਕਹਿੰਦੇ ਗਲੋਬਲ ਵਾਰਮਨੈਸ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਇਹਦਾ ਕਾਰਨ ਹੀ ਤੋ ਪਾਤਸ਼ਾਹ ਨੇ ਸਭ ਕੁਝ ਘੱਟ ਰਿਹਾ। ਘਟੰਤ ਲਲਨਾ ਸੁਤ ਭਰਾਤ ਹੀਤਮ, ਇਸਤਰੀ ਦਾ ਪਿਆਰ ਮੋਹ, ਸੁੱਤ ਪੁੱਤਰ ਭਰਾਵਾਂ ਦਾ ਹਿੱਤ ਘੱਟ ਰਿਹਾ। ਉਹੀ ਭਰਾ ਹੁੰਦੇ ਨੇ ਵੀਰ ਜੀ ਆਉਣਗੇ ਅਤੇ ਰੋਟੀ ਖਾਵਾਂਗੇ, ਅਤੇ ਉਹੀ ਫਿਰ ਕਹਿੰਦੇ ਨੇ ਮੇਰੇ ਭਾਅ ਦਾ ਤੂੰ ਮਰ ਗਿਆ, ਤੇਰੇ ਭਾਅ ਦਾ ਮੈਂ ਮਰ ਗਿਆ। ਘੱਟ ਰਿਹਾ ਜੋ ਕੁਝ ਬਾਬੇ ਨੇ ਕਿਹਾ ਉਹ ਬਿਲਕੁਲ 16 ਨੇ ਠੀਕ ਪੱਥਰ 'ਤੇ ਦੀ। ਘਟੰਤ ਕਨਿਕ ਮਾਨਕ ਮਾਇਆ ਸਵਰੂਪਾਂ, ਮਾਇਆ ਦੇ ਜਿੰਨੇ ਸਰੂਪ ਨੇ ਚਾਹੇ ਉਹ ਸੋਨਾ ਹੈ, ਚਾਹੇ ਚਾਂਦੀ ਹੈ, ਚਾਹੇ ਮਾਂ, ਸਭ ਘੱਟ ਰਹੇ। ਹੁਣ ਇੰਨਾ ਕੁਝ ਕਹਿ ਕੇ ਫਿਰ ਪਾਤਸ਼ਾਹ ਨੇ ਨਾ ਘਟੰਤ ਕੇਵਲ ਗੋਪਾਲ ਅਚਤ, ਇੱਕ ਪਰਮਾਤਮਾ ਦੀ ਹਸਤੀ ਨਹੀਂ ਘਟਦੀ, ਜੋ ਅਵਿਨਾਸੀ ਹੈ ਅਸਥਿਰੰਗ ਨਾਨਕ ਸਾਧ ਜਨ। ਨਾਨਕ ਜੀ ਫਰਮਾਉਂਦੇ ਨੇ ਇਹ ਜਿਹੜੇ ਸਾਧ ਸੰਗਤ ਹੈ ਤਥਾ ਜਿਹੜੇ ਪਰਮੇਸ਼ਵਰ ਦੇ ਪਿਆਰ ਵਿੱਚ ਭਿੱਜੇ ਹੋਏ ਨੇ ਉਹ ਜੀਵਨ ਵਿੱਚ ਅਟਲ ਰਹਿੰਦੇ ਨੇ, ਉਹ ਕਦੇ ਘਟਦੇ ਨਹੀਂ, ਡੋਲਦੇ ਨਹੀਂ। ਨਾ ਬਿਲੰਬ ਧਰਮੰ ਬਿਲੰਬ ਪਾਪੰ, ਦ੍ਰਿੜੰਤ ਨਾਮੰ ਤਜੰਤ ਲੋਭੰ, ਸ਼ਰਨ ਸੰਤੰ ਕਿਲ ਵਿਖ ਨਾਸੰ, ਪ੍ਰਾਪਤੰ ਧਰਮ ਲਖਿਅਣ। ਨਾਨਕ ਜੇ ਸੁਪ੍ਰਸੰਨ ਮਾਧਵਾ। ਨਾਨਕ ਜੀ ਫਰਮਾਉਂਦੇ ਨੇ ਜਿਹਦੇ ਉੱਤੇ ਉਹ ਮਾਇਆ ਦਾ ਪਤੀ ਮਾਧਵ, ਮਾਧੋ, ਮਾਧਵਾ, ਇਹ ਸ਼ਬਦ ਬਾਣੀ 'ਚ ਬਹੁਤ ਵਾਰੀ ਪਰਮਾਤਮਾ ਲਈ ਆਇਆ, ਜਿਹਦਾ ਮਤਲਬ ਹੈ ਮਾਇਆ ਦਾ ਖਸਮ, ਮਾਇਆ ਦਾ ਪਤੀ, ਮਾਇਆ ਦਾ ਅਸ। ਨਾਨਕ ਜੇ ਸੁਪ੍ਰਸੰਨ ਮਾਧਵ, ਨਾਨਕ ਜੀ ਫਰਮਾਉਂਦੇ ਨੇ ਜਿਹਦੇ ਉੱਤੇ ਉਹ ਮਾਇਆ ਪਤੀ ਪ੍ਰਸੰਨ ਹੋ ਜਾਣ, ਉਹਦੇ ਜੀਵਨ ਵਿੱਚ ਧਰਮ ਦੇ ਲੱਖਣ ਪ੍ਰਾਪਤ ਹੋ ਜਾਣ, ਉਹਦੇ ਵਿੱਚੋਂ ਧਰਮ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ। ਇਸ ਲਈ ਪਿਆਰਿਓ ਨਾ ਬਿਲੰਬ ਧਰਮ, ਧਰਮ ਦੇ ਕੰਮ ਕਰਨ ਵਿੱਚ ਦੇਰੀ ਨਾ ਕਰੋ। ਬਿਲੰਬ ਪਾਪੰ, ਭੈੜਾ ਕੰਮ ਕਰਨ ਵਿੱਚ ਦੇਰੀ ਕਰੋ, ਟਾਲ ਕਰੋ, ਥੋੜ੍ਹਾ ਜਿਹਾ ਰੁਕ ਜਾਓ। ਦ੍ਰਿੜੰਤ ਨਾਮੰ ਤਜੰਤ ਲੋਭੰ, ਪਰਮੇਸ਼ੁਰ ਦੇ ਨਾਮ ਨੂੰ ਦ੍ਰਿੜ ਕਰੋ ਅਤੇ ਲੋਭ ਸਵਾਰਥ ਦਾ ਤਿਆਗ ਕਰੋ। ਸ਼ਰਨ ਸੰਤੰ ਕਿਲ ਵਿਖਨਾਸੰ, ਸ਼ਰਨ ਦੇ ਨਾਣੇ ਨੂੰ ਸਿਆਰੀ ਹੈ, ਪ੍ਰਭੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਆਓ, ਸੰਗਤ ਕਰੋ, ਕੀ ਹੋਵੇਗਾ? ਕਿਲ ਵਿਖ ਨਾਸੰ, ਜਿਹੜੇ ਪਾਪ ਕਰਨ ਕੀਤੇ ਨੇ ਜਾਂ ਪਾਪਾਂ ਦੀ ਬਿਰਤੀ ਹੈ ਉਹ ਨਾਸ ਹੋ ਜਾਏ। ਪ੍ਰਾਪਤੰ ਧਰਮ ਲੱਖਣ, ਧਰਮ ਦੇ ਜੋ ਲੱਖਣ ਚਿੰਨ੍ਹ ਨਿਸ਼ਾਨੀਆਂ ਨੇ ਉਹ ਸਹਿਜੇ ਤੁਹਾਡੇ ਜੀਵਨ ਵਿੱਚ ਆ ਜਾਣਗੀਆਂ। ਨਾਨਕ ਜੇ ਸੁਪ੍ਰਸੰਨ ਮਨ, ਇਹ ਗੱਲ ਜ਼ਰੂਰੀ ਹੈ ਕਿ ਉਹਦੀ ਕਿਰਪਾ, ਉਹਦੀ ਬਖਸ਼ਿਸ਼ ਹੋਣੀ ਚਾਹੀਦੀ। ਲੋਕ ਗਿਣਤੀਆਂ ਮਿਣਤੀਆਂ ਦੇ ਪਾਠ ਵੀ ਕਰਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇੱਕ ਦੂ ਜੀਵੋਂ ਲੱਖ ਹੋਵੇਂ, ਲੱਖ ਹੋਵੇਂ ਲੱਖ ਵੀਸ, ਲੱਖ ਲੱਖ ਗੇੜਾ ਏਕ ਨਾਮ, ਏਤ ਰਾਪਤ ਪਵੜੀਆਂ, ਸੁਣ ਗੱਲਾਂ ਆਕਾਸ ਕੀ। ਕੀੜਿਆਂ ਨੂੰ ਵੀ ਰੀਸ ਆਈ, ਅਸੀਂ ਵੀ ਗਿਣ ਕੇ ਇੰਨੀਆਂ ਮਾਲਾ ਫੇਰੀਏ, ਇੰਨੇ ਮਤ ਪਾ ਸਕਦੇ ਨਹੀਂ। ਨਾਨਕ ਨਦਰੀ ਪਾਈ ਹੈ, ਗੱਲ ਤਾਂ ਉਹਦੀ ਮਿਹਰ 'ਤੇ ਹੋਣੀ। ਕੂੜੀ ਕੂੜੈ ਠੀਸ, ਠੀਸ ਹੁੰਦਾ ਗੱਪ। ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਦੇ ਦਾਅਵੇ ਕਰਨੇ ਨੇ ਇਹ ਤਾਂ ਝੂਠੇ ਬੰਦੇ ਦੀ ਝੂਠੀ ਗੱਪ ਹੈ। ਉਹਦੀ ਮਿਹਰ ਹੋ ਜਾਏ ਉਹਨੂੰ ਤਾਂ, ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ। ਫਿਰ ਧਿਆਨ ਨਾਲ ਸੁਣ ਲਓ ਜੀ, ਨਾ ਬਿਲੰਬ ਧਰਮੰ ਬਿਲੰਬ ਪਾਪੰ, ਦ੍ਰਿੜੰਤ ਨਾਮੰ ਤਜੰਤ ਲੋਭੰ, ਸ਼ਰਨ ਸੰਤੰ ਕਿਲ ਵਿਖ ਨਾਸੰ, ਪ੍ਰਾਪਤੰ ਧਰਮ ਲੱਖਣ। ਨਾਨਕ ਜੇ ਸੁਪ੍ਰਸੰਨ ਮ੍ਰਿਤ ਮੋਹੰ ਅਲਪ ਬੁੱਧਿਯੰ,
ਰਚੰਤ ਬਨਤਾ ਬਿਨੋਦ ਸਾਂਗ ਜੌਬਨ ਬਹਿ ਕਰਮ ਕਨਕ ਕੁੰਡਲਾ ਬਚਿੱਤਰ ਮੰਦਰ ਸੁਭੰਤ ਵਸਤਰਾ ਇਤਿਅੰਤ ਮਾਇਆ ਬਿਆਪਤੰ ਹੇ ਅਚੁੱਤ ਸ਼ਰਨ ਸੰਤ ਨਾਨਕ ਭੋ ਭਗਵਾਨੇ ਨਮਾ। ਮ੍ਰਿਤ ਮੋਹ, ਮ੍ਰਿਤ ਦਾ ਮਤਲਬ ਹੈ ਨਾਸ਼ਵੰਤ, ਉਹ ਮ੍ਰਿਤ ਮੌਤ ਨੂੰ ਵੀ ਕਹਿੰਦੇ। ਜਿਹੜੇ ਨਾਸ਼ਵੰਤ ਪਦਾਰਥ ਨੇ, ਸੰਬੰਧ ਨੇ, ਮੋਹੰਗ, ਉਹਨਾਂ ਨੇ ਇਸ ਜੀਵ ਨੂੰ ਮੋਹ ਲਿਆ, ਕਿਉਂਕਿ ਅਲਪ ਬੁੱਧੀ, ਇਹਦੀ ਬੁੱਧੀ ਛੋਟੀ ਹੈ। ਛੋਟੀ ਬੁੱਧੀ ਹੋਣ ਕਰਕੇ ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਫਸ। ਰਚੰਤ ਬਨਤਾ ਬਿਨੋਦ ਸਾਹ, ਰਚੰਤ ਦਾ ਮਤਲਬ ਰਚ ਜਾਂਦਾ ਹੈ, ਫਸ ਜਾਂਦਾ ਹੈ, ਪਚ ਜਾਂਦਾ ਹੈ, ਖਚਤ ਹੋ ਜਾਂਦਾ। ਬਨਤਾ ਇਸਤਰੀ ਦੇ ਬਿਨੋਦ ਕਲੋਲਾਂ ਵਿੱਚ ਮਸਤ ਹੋ ਜਾਂਦਾ, ਬੜੇ ਚਾਅ ਦੇ ਨਾਲ, ਸ਼ਾਹ ਦਾ ਮਤਲਬ ਉਤਸ਼ਾਹ ਦੇ ਨਾਲ ਲੱਗਾ ਹੋਇਆ। ਜੌਬਨ ਬਹਿ ਕਰਮ ਕਨਕ ਕੁੰਡਲ, ਆਪਣੀ ਜਵਾਨੀ ਦੀ ਮਸਤੀ ਵਿੱਚ ਆਪਣੇ ਬਲ ਦੇ ਜ਼ੋਰ ਕਰਕੇ ਕਨਕ ਕੁੰਡਲ, ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾ ਕੇ ਆਪਣੇ ਆਪ ਨੂੰ ਬੜਾ ਪ੍ਰਗਟਾਉਂਦਾ ਹੈ। ਮੈਂ ਮਾਲਵੇ 'ਚ ਰਿਹਾ ਹਾਂ, ਉੱਥੇ ਜਿਹੜੇ ਜਵਾਨ ਮੁੰਡੇ ਨੇ ਨਾ, ਉਹ ਕੁੰਡਲ ਪਾਉਂਦੇ ਨੇ, ਉਹਨਾਂ ਨੂੰ ਚੋਬਰ ਕਹਿੰਦੇ ਨੇ, ਤੁਰਦੇ ਨੇ। ਬਾਦਸ਼ਾਹ ਕਹਿੰਦੇ ਨੇ ਇਹ ਸਭ ਚੀਜ਼ਾਂ ਕੱਟਣ ਵਾਲੀਆਂ ਨੇ ਔਰ ਇਹਨਾਂ ਦੀ ਮਸਤੀ ਜਿਹੜੀ ਹੈ ਉਹ ਨੁਕਸਾਨ ਦੇਣ ਵਾਲੀ ਹੈ। ਬਚਿੱਤਰ ਮੰਦਰ ਠੀਕ ਹੈ, ਮਕਾਨ ਤਾਂ ਚਾਹੀਦਾ, ਕੁੱਲੀ ਤਾਂ ਚਾਹੀਦੀ ਹੈ, ਗੁੱਲੀ ਚਾਹੀਦੀ ਹੈ, ਜੁੱਲੀ ਚਾਹੀਦੀ, ਪਰ ਕਿਹੋ ਜਿਹੀ ਚਾਹੀਦੀ? ਬਚਿੱਤਰ ਮੰਦਰ, ਸੋਹਣੇ ਤੋਂ ਸੋਹਣੀਆਂ ਕੋਟੀ, ਸੁਭੰਤ ਵਸਤਰਾਂ, ਫਿਰ ਕੱਪੜੇ ਨਹੀਂ ਪਸੰਦ ਆਉਂਦੇ। ਇਤਿਅੰਤ ਮਾਇਆ ਵਿਆਪਤੰ, ਪਾਤਸ਼ਾਹ ਨੇ ਇਹਨਾਂ ਗੱਲਾਂ ਕਰਕੇ ਮਾਇਆ ਵਿਆਪਤੀ ਹੈ, ਭਾਵ ਮਾਇਆ ਦੇ ਅਸਰ ਥੱਲੇ ਬੰਦਾ ਆ ਜਾਂਦਾ। ਹੇ ਅਚੁੱਤ, ਹੇ ਅਵਿਨਾਸੀ ਪ੍ਰਭੂ, ਸ਼ਰਨ ਸੰਤ ਨਾਨਕ, ਜਿਹੜੇ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ, ਜਿਹੜਾ ਤੇਰਾ ਆਸਰਾ ਤੱਕ ਲੈਂਦੇ ਨੇ, ਉਹਨਾਂ ਉੱਤੇ ਇਹ ਅਸਰ ਨਹੀਂ ਕਰਦਾ। ਪੜ੍ਹੋ ਕਦੇ ਬਾਣੀ 'ਚ, ਪਾਤਸ਼ਾਹ ਕਹਿੰਦੇ ਨੇ ਮਾਇਆ ਮਾੜੀ ਨਹੀਂ, ਮਾਇਆ ਤੋਂ ਬਚਣ ਲਈ ਕੀ ਕਰਨਾ ਚਾਹੀਦਾ? ਦੋਏ ਪੁੜ ਚੱਕੀ ਜੋੜ ਕੇ, ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਠਿੱਠ। ਕਮਾਲ ਦੀ ਗੱਲ ਹੈ ਕਿ ਧਰਤੀ ਅਤੇ ਅਸਮਾਨ ਦੋ ਚੱਕੀ ਦੇ ਪੁੜ ਹਨ, ਅਸੀਂ ਸਾਰੇ ਜੀਵ ਦਾਣਿਆਂ ਵਾਂਗੂ ਦਲੇ ਜਾ ਰਹੇ, ਪਰ ਜਿਹੜੇ ਕਿੱਲੀ ਨਾਲ ਲੱਗ ਜਾਣਗੇ ਉਹ ਬਚ। ਬੜੇ ਬੜੇ ਡੂੰਘੇ ਤੋਂ ਡੂੰਘੇ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਅੰਦਰ ਇਤਨੇ ਸਰਲ ਤਰੀਕੇ ਨਾਲ ਦਿੱਤੇ ਨੇ, ਕਮਾਲ ਕਰ। ਆਖਿਆ ਪ੍ਰਭ ਕੀ ਓਟ ਗਹੀ ਤੋ ਛੂਟੋ, ਸਾਧ ਪ੍ਰਸਾਦ ਹਰ 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 ਗਾਏ, ਵਿਖੇ ਵਿਆਦ ਤਬ ਊਟੋ। ਇਹ ਠੀਕ ਹੈ, ਪਤਾ ਨਹੀਂ ਲੱਗਦਾ ਮਾਇਆ ਕਦੋਂ ਗੇੜ ਮਾਰਦੀ, ਨਾ ਸੁਣੀ ਹੈ, ਨਾ ਮੁਕਤੇ ਬਕੀ ਹੈ, ਨਾ ਮੋਹ ਹੈ ਉਹ ਡੀਠੀ, ਐਸੀ ਟਗੋਰੀ ਪਾਏ ਭੁਲਾਵੇ, ਮਨ ਸਭ ਕੇ ਲਾਗੈ ਮਿੱਠੀ, ਮਾਏ ਬਾਪ ਪੂਤ ਹਿਤ ਭਰਾਤਾ, ਉਹਨੂੰ ਘਰ ਘਰ ਮੇਲਿਓ ਦੂਆ। ਘਰ ਘਰ ਵਿੱਚ ਜਿਹੜੇ ਦਵੇਸ਼ ਪਏ ਨੇ, ਝਗੜੇ ਪਏ ਨੇ, ਮੁਕੱਦਮੇ ਨੇ, ਸਭ ਇਸ 'ਤੇ ਕਰਕੇ, ਕਿਸੀ ਬਾਦ ਘਾਟ ਕਿਸੀ ਹੀ ਪੈ, ਸਗਲੇ ਲੜ ਲੜ ਮੂਆ। ਹਉ ਬਲਿਹਾਰੀ ਸਤਿਗੁਰੇ ਆਪਣੇ, ਜਿਹਨੇ ਚਲਤ ਦਿਖਾਇਆ, ਗੁੱਜੀ ਪਾ ਜਲੈ ਸੰਸਾਰਾ, ਭਗਤ ਨ ਵਿਆਪੈ ਮਾਇਆ। ਤੋ ਹੇ ਅਚੁੱਤ ਸਰਨ ਸੰਤ ਨਾਨਕ, ਨਾਨਕ ਜੀ ਫਰਮਾਉਂਦੇ, ਹੇ ਅਵਿਨਾਸੀ ਪ੍ਰਭੂ, ਜਿਹੜੇ ਸੰਤ ਤੇਰੀ ਸ਼ਰਨ ਵਿੱਚ ਆ ਜਾਂਦੇ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ। ਭੋ ਭਗਵਾਨ ਏ ਨਮਾ, ਹੇ ਭਗਵਾਨ ਤੈਨੂੰ ਮੇਰੀ ਨਮਸਕਾਰ ਹੈ। ਜਨਮੰ ਤਾਂ ਮਰਨੰ, ਹਰਖੰ ਤਾਂ ਸੋਗੰ, ਭੋਗੰ ਤਾਂ ਰੋਗੰ,
ਊਚੰਗ ਤਾਂ ਨੀਚੰਗ ਨਾਨਾ ਸੁਮੂਚੰਗ ਰਾਜੰਗ ਤਾਂ ਮਾਨੰਗ ਅਭਮਾਨੰਗ ਤਾਂ ਹੀਨੰਗ ਪਰਵਿਰਤ ਮਾਰਗੰਗ ਵਰਤੰਤ ਬਿਨਾਸਨੰਗ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰਗ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰਗ ਨਾਨਕ ਭਗਵੰਤ ਭਜਨਾਸਨ। ਦੇਖੋ ਪਾਤਸ਼ਾਹ, ਇੱਕ ਇੱਕ ਗੱਲ ਇਤਨੀ ਸਰਲਤਾ ਨਾਲ ਸਮਝਾਉਂਦੇ ਨੇ, ਫਿਰ ਵੀ ਕੋਈ ਆਖੇ ਜੀ ਮੈਨੂੰ ਸਮਝ ਨਹੀਂ ਆਈ ਤਾਂ ਇਹਦਾ ਮਤਲਬ ਉਹਦੀ ਨੀਅਤ ਹੀ ਗਲਤ ਹੈਗੀ। ਜੇ ਸੁਣ ਲਿਆ, ਮੰਨ ਲਿਆ ਇਸ਼ਾਰਾ ਸਿਰਫ, ਫਿਰ ਤਾਂ ਹਾਂਜੀ ਸਮਝਾ, ਫਿਰ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ। ਪਾਤਸ਼ਾਹ ਕਹਿੰਦੇ ਜਨਮੰਗ ਤਾਂ ਮਰਨ, ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ। ਹਰਖੰਗ ਤਾਂ ਸੋਗੰਗ, ਜੇ ਬਹੁਤ ਖੁਸ਼ੀ ਹੈ ਤਾਂ ਉਦੋਂ ਬਾਅਦ ਚਿੰਤਾ ਵੀ। ਮੈਨੂੰ ਆਪਣਾ ਬਚਪਨਾ ਯਾਦ ਹੈ, ਕਈ ਵਾਰੀ ਰਲ ਕੇ ਬਹੁਤਾ ਹੱਸਣਾ ਨਾ ਅਤੇ ਸਿਆਣੀਆਂ ਮਾਈਆਂ ਨੇ ਕਹਿਣਾ ਬਈ ਬਹੁਤਾ ਨਾ ਹੱਸੋ, ਬਹੁਤਾ ਨਾ ਹੱਸੋ, ਫਿਰ ਰੋਣਾ ਵੀ ਪੈ ਜਾਂਦਾ। ਇਹ ਅਟਲ ਸੱਚਾਈ ਹੈ, ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋ, ਭੋਗੰਗ ਤਾਂ ਰੋਗੰਗ। ਜਿੰਨੇ ਜ਼ਿਆਦਾ ਭੋਗ ਭੋਗਾਂਗੇ ਉਨੀਆਂ ਬਿਮਾਰੀਆਂ ਲੱਗਣਗੀਆਂ। ਇਹ ਅਟਲ ਸੱਚਾਈ ਹੈ। ਪਰ ਉਸ ਵੇਲੇ ਅਸੀਂ ਚਸਕੇ ਦੇ ਅਧੀਨ, ਉਹ ਬਾਜੀ ਸਬਜ਼ੀ ਚੰਗੀ ਬਣੀ ਸੀ, ਅਸੀਂ ਦੋ ਰੋਟੀਆਂ ਵੱਧ ਖਾ ਗਏ ਅਤੇ ਫਿਰ ਹੁਣ ਬਾਦਾ ਜਮੀ ਤੁਹਾਨੂੰ ਹੋਣੀ ਹੈ, ਕਿਸੇ ਹੋਰ ਨੂੰ ਥੋੜ੍ਹਾ ਹੋਣੀ ਹੈ। ਭੋਗੰਗ ਤਾਂ ਰੋਗੰਗ, ਊਚੰਗ ਤਾਂ ਨੀਚੰਗ, ਜਿਹੜਾ ਬਹੁਤ ਉੱਚੀ ਟੀਸੀ 'ਤੇ ਭਾਵ ਅਹੰਕਾਰ ਕਰਦਾ ਉਹਨੂੰ ਇੱਕ ਦਿਨ ਨੀਚਾ ਵੀ ਦੇਖਣਾ ਪੈਣਾ। ਗੁਰਬਾਣੀ 'ਤੇ ਸਾਨੂੰ ਜੀਵਨ ਜਾਚ ਦੱਸਦੀ ਹੈ, ਉੱਚਾ ਚੜ੍ਹੇ ਸੋ ਪਵੇ ਪਿਆਲਾ, ਜਿਹੜਾ ਉੱਚੀ ਸਿਖਰ 'ਤੇ ਪਹੁੰਚਿਆ ਇੱਕ ਦਿਨ ਥੱਲੇ ਵੀ ਡਿੱਗੇ। ਧਰਨ ਪੜੇ ਤਿਸ ਲਗੇ ਨਾ ਕਾਲਾ, ਜਿਹੜਾ ਪਹਿਲਾਂ ਹੀ ਨਿਮਰਤਾ ਵਿੱਚ ਹੈ ਉਹਨੂੰ ਕੋਈ ਖਤਰਾ ਹੀ ਨਹੀਂ ਹੈ। ਇਹ ਜੀਵਨ ਜਾਚ ਹੈ, ਇਹ ਸਿਰਫ ਗੁਰਬਾਣੀ ਦੂਜਿਆਂ ਤੋਂ ਪੜ੍ਹਾ ਕੇ ਬਈ ਪੇਟਾ ਲੈ ਜਾਓ ਅਤੇ ਪੜ੍ਹੋ, ਸਾਡੇ ਲਈ ਪੜ੍ਹ ਦਿਓ, ਅਰਦਾਸ ਕਰ ਦਿਓ, ਇਹ ਨਹੀਂ ਹੈਗਾ। ਇਹ ਜੀਵਨ ਜਾਚ ਹੈ, ਜਿਹੜੇ ਇਹਨੂੰ ਪੜ੍ਹ ਕੇ ਸਮਝ ਲੈਣਗੇ ਉਹਨਾਂ ਦਾ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਏਗਾ। ਤਾਂ ਪਾਤਸ਼ਾਹ ਕਹਿੰਦੇ ਨੇ ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਊਚੰਗ ਤਾਂ ਨੀਚ। ਜਿਹੜਾ ਬਹੁਤ ਉੱਚੀ ਪਦਵੀ 'ਤੇ ਅੱਜ ਨੀਵੀਂ ਨੀਵਾਂ ਵੀ ਦੇਖਣਾ ਪੈ ਸਕਦਾ। ਫਿਰ ਨਾਨਾ ਸਮੂਚਨ, ਇਹਨੂੰ ਧਿਆਨ ਨਾਲ ਪੜ੍ਹਨਾ। ਨਾਨਾ ਦੇ ਜਿਹੜਾ ਦੂਸਰਾ ਨੰਨਾ ਉਹਦੇ ਥੱਲੇ ਛੋਟੀ ਜਿਹੀ ਲਕੀਰ ਹੈ। ਇਹ ਗੁਰਬਾਣੀ ਤਿੰਨ ਰੂਪਾਂ ਵਿੱਚ ਆਉਂਦਾ। ਇੱਕ ਹੁੰਦਾ ਨਾਨਾ ਪ੍ਰਕਾਰ ਕਈ ਕਿਸਮਾਂ, ਉਹ ਵੀ ਆਉਂਦਾ ਹੈ। ਔਰ ਇੱਕ ਮਾਤਾ ਦੇ ਪਿਤਾ ਨੂੰ ਨਾਨਾ ਜੀ ਕਹਿੰਦੇ ਨੇ, ਉਹ ਵੀ ਆਉਂਦਾ। ਇਹ ਹੈ ਨੰਨਾ, ਛੋਟੇ ਤੋਂ ਵੱਡਾ। ਬੱਚਾ ਜਦੋਂ ਛੋਟਾ ਹੁੰਦਾ, ਚੂਹਾ ਜਿਹਾ ਨਿੱਕਾ ਜਿਹਾ ਕਹਿੰਦੇ, ਫਿਰ ਉਹੀ ਵੱਡਾ। ਨਾਨਾ ਸਮੂਚੰ ਰਾਜੰਗ ਤਾਂ ਮਾਨੰਗ, ਜਦੋਂ ਕਿਸੇ ਨੂੰ ਰਾਜ ਦੀ ਪਦਵੀ ਮਿਲਦੀ ਫਿਰ ਮਾਣ ਵੀ ਹੋ ਜਾਂਦਾ। ਅਭਮਾਨੰਗ ਤਾਂ ਹੀਨੰਗ, ਜਦੋਂ ਅਹੰਕਾਰ ਵਿੱਚ ਹੁੰਦਾ ਫਿਰ ਕਿਧਰੇ ਨਾ ਕਿਧਰੇ ਹੀਨਤਾ ਵੀ ਹੋ ਜਾਂਦੀ। ਪਰਵਿਰਤ ਮਾਰਗੰਗ ਵਰਤੰਤ ਬਿਨਾਸਨ, ਪਰਵਿਰਤ ਦਾ ਮਤਲਬ ਹੁੰਦਾ ਜਦੋਂ ਕਿਸੇ ਵਿੱਚ ਫਸ ਜਾਣਾ। ਦੁਨੀਆਂ ਵਿੱਚ ਪਰਵਿਰਤ ਹੋਣ ਦਾ ਰਸਤਾ ਹੈ ਜਿਹੜੇ ਅਸੀਂ ਤੁਰੇ ਹੋਏ ਹਾਂ, ਵਰਤੰਤ ਵਰਤਦੇ ਹਾਂ, ਪਰ ਆਖਰਕਾਰ ਬਿਨਾਸਨ, ਇੱਕ ਦਿਨ ਨਾਸ ਹੋ ਜਾਣਾ। ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰਗ, ਪਰਮੇਸ਼ੁਰ ਦਾ ਜਿਹੜਾ ਭਜਨ ਹੈ ਤਥਾ ਸਾਧ ਸੰਗਤ ਵਿੱਚ ਜੁੜਨਾ, ਇਹ ਅਸਥਿਰਿੰਗ, ਇਹ ਸਦਾ ਕਾਇਮ ਰਹਿਣ ਵਾਲਾ ਹੈ। ਨਾਨਕ ਭਗਵੰਤ ਭਜਨਾਸਨ, ਸਤਿਗੁਰੂ ਜੀ ਫਰਮਾਉਂਦੇ ਨੇ ਇਸੇ ਵਾਸਤੇ, ਹੇ ਨਾਨਕ ਭਗਵਾਨ ਦੇ ਭਜਨ ਦਾ ਭੋਜਨ ਆਪਣੀ ਜਿੰਦ ਨੂੰ ਦੇ, ਭਾਵ ਇਸ ਪਾਸੇ ਲੱਗਣਾ ਕਰ। ਕਿਰਪੰ ਤਾਂ ਹਰੀਆਂ ਮਤ ਤਤ ਗਿਆਨ ਬਿਗਸੀ ਬੁੱਧਾ ਕੁਸ਼ਲ ਥਾਨੰ ਬਸਿਅੰਤ ਰਿਖਿਅੰ
त्यागमानं शीतलं तरिद्यं दृढ़ संत ज्ञानं रहंत जन्मं हर दर्शलीना बाजंत नानक शब्द बीणा। गुरुदेव कहते ने किरपंत हरियां जिदते हरि की कृपा हो जाए। मत तत् ज्ञान मत दे तत्ते नूं सियारी है, मत विच बुद्धि विच तत् असलीयत का ज्ञान हो जाए। सवेरे भी दस्या सी कि मत श्री गुरु ग्रंथ साहब की बाणी तीन रूपां विच आउंदा। एक मत तत्ते नूं सियारी नाल इह जिथे भी गुरबाणी च आएगा बुद्धि लई अकल लई मत लई आए। एक मत तत्ते नूं औंकड़ वाला भी आएगा जदों इह कहणा होवे मतां इह कम करो मत तुम जाणो मतां इह उत्थे तत्ते नूं औंकड़ लगदा। उह वार्निंग है हदायत। ते जदों मत दा तत्ता मुक्ता होवेगा उह मत मतांतरां लई बहुते मतां दी गल जिथे आ जाए उत्थे तत्ता मुक्ता होवे। इत्थे किरपंत हरियंग मत तत् ज्ञान जिन्हां उत्ते फिर परमेश्वर की कृपा हो जाए उन्हां दी मत विच तत् दा ज्ञान हो जाता, असलीयत समझ आ जाती। फिर उहदी पछाण की है बिगसीद बुद्धा। बिगसीद दा मतलब विकास हो जाना, खेड़े च आ जाना। रोज़ तुसी जपजी साहिब पढ़ते हो ना नानक भगतां सदा विकास सुने किरपंत हरियंग मत तत् ज्ञान बिगसीद बुधा कुशल थान। वो फिर आनंदमय अवस्था में रेंदे उन्होंने कुशल थान वो टिकाणा मिल जाता। बसियंत रिखियं रिखियं कहते इंद्रियां इन्हों की वरतों ही गलत है बाकी तो सब ठीक है। इनू काबू च रखना है जिमें घोड़ा है घोड़ी है सवारी वास्ते पर उदी लगाम भी सवार दे हाथ च होनी चाहिए। तो जिस सवार को लगाम नहीं हैगी फिर वह जिधर मर्जी तुरे। गल इन्नी है जिन्हों ज्ञान हो जाता फिर वह बसियंत रिखियंग अपनिया इंद्रिया वस विच कर लैंदा। त्याग मानंग अहंकार का त्याग कर। लोग लख कई जान तुसी बड़े उच्चे हो बड़े महा कहते नहीं मैं तो दास हाँ सेवक। त्याग मान शीतलंग तरिद्यंग उन्हों का हिरदा ठंडा ठार रहता। दृढ़ संत ज्ञान वह फिर गुरु के ज्ञान को पकाते हैं दृढ़ करते हैं। तो रहंत जन्मंग वह जमण मन तो रहत हो जाते हैं। हर दर्श लीणा वह वाहगुरु के दर्शनों में लीन हो जाते हैं एकमिक हो जाते हैं। बाजंत नानक शब्द बीणा उन्हां दे अंदर नानक जी फरमांदे ने फिर शब्द दी बीणा बजदी है। सुत्यां जागदियां तुरदियां फिरदियां हर वेले उन्हां नूं शब्द जिहड़ा ना वो चेते रहिंदा। असी शब्द सुणदे जरूर हाँ खिमा कर मैं किसी ते कटाक्ष नहीं करता। आपस विच तजर्बा करके देख लियो। हुणे तुसीं बाहर जायो एक दूजे नूं पुछो भी की सुन के आए हो। बहुतियां दा जवाब होगा देखो जी बैठे तो जरूर हाँ सुनिया भी जरूर है पर पता नहीं की सुनया है। मैं इत्थे आके असी घाटे च रह जाने। भुलां चुकां दी खिमा बख्शन गज के फतेह गजाओ। वाहिगुरु जी का खालसा वाहिगुरु जी।